ਘਰ ਵਸਣਾ ਦੇ ਭਾਏ ਭਾਈ ਲੈ ਹੁਣ ਸਾਡੇ ਪਖਵਾੜੇ ਨੂੰ ਲਾ ਲੈ ਸੁੱਖ ਨਾਲ ਵਸਦਾ ਰਸਦਾ ਹੱਸਦਾ ਖੇਡਦਾ ਓਏ ਟਿਕ ਜਾ ਤੂੰ ਦੇਖੀ ਕਿਤੇ ਦੂਜਿਆਂ ਦਾ ਘਰ ਵਸਾਉਂਦੀ ਨਾ ਆਪ ਦਾ ਘਰ ਨਾ ਉਜਾੜ ਲਈ ਮੇਰੇ ਸਾਲੀ ਦੇ ਜਿੰਨੇ ਵੀ ਰਿਸ਼ਤੇ ਕਰਾਇਆ ਸਭ ਰੋਂਦੇ ਆ ਇੱਕ ਤਾਂ ਕੰਜਰ ਨੇ ਤਪਾ ਲਈ ਮੈਂ ਹੈਂ ਤੜਕੇ ਦੀਆਂ ਲਾ ਕੇ ਜਾਂਦੀ ਆ ਥੱਕੀ ਥਕਾਈ ਆਥਣੇ ਆ ਕੇ ਫਿਰ ਇਹਦਾ ਮੱਥਾ ਡੰਮਦੀ ਆ ਖਾਂਦਾ ਪੀਂਦਾ ਛੜਾ ਚਲਾਉਂਦਾ ਨਾ ਮੈਨੂੰ ਇਹ ਤਾਂ ਦੱਸ ਨਾ ਕਿਹੜੇ ਤੇਰੇ ਪਿਓ ਦੀ ਫੈਕਟਰੀ ਚੱਲਦੀ ਆ ਹੈਂ ਜਿੱਥੇ ਜਾਏ ਬਿਨਾਂ ਤੇਰਾ ਸਰਦਾ ਹੀ ਨਹੀਂ ਸਾਰਾ ਦਿਨ ਫੌਜੀਆਂ ਵਾਂਗੂ ਬਿਸਤਰਾ ਗੋਲ ਹੀ ਰੱਖਦੀ ਆ ਉਹੀ ਨਹੀਂ ਚੜਦਾ ਮੇਰੇ ਛਾਪੇ ਦੀ ਦੇਖ ਕੇ ਉਹ ਕੀ ਹੋ ਗਿਆ ਤੈਨੂੰ ਕੰਜਰ ਦਾ ਦਿਨੇ ਜਾਗਦਾ ਹੋਇਆ ਤੂੰ ਟੱਕਾ ਨਹੀਂ ਤੋੜਦਾ ਸੁੱਤੇ ਪਏ ਨੇ ਮੰਜਾ ਤੋੜਦਾ ਹਾਏ ਵੇ ਪੁੱਤ ਕੀ ਹੋ ਗਿਆ ਬੇਬੇ ਬੇਬੇ ਸੁਪਨੇ 'ਚ ਨਾ ਜਾਣੀ ਲੜਾਈ ਲੱਗ ਗਈ ਤੇ ਅਸੀਂ ਜਿੱਤ ਗਏ ਬੇਬੇ ਤਾਂ ਹੀ ਮੈਂ ਤਿਰੰਗੇ ਨੂੰ ਸਲੂਟ ਮਾਰਦਾ ਸੀ ਤੇ ਬੇਬੇ ਆ ਮੰਜਾ ਚੱਲ ਕੋਈ ਸ਼ਾਬਾਸ਼ ਬਸ ਐਂ ਸੁਪਨਿਆਂ 'ਚ ਸੁੱਤੇ ਸੁੱਤੇ ਖਿੱਚ ਕੇ ਸਲੂਟ ਮਾਰਦਾ ਰਹੀਂ ਤੇ ਸਾਰਦਾ ਰਹੀਂ ਦੇਖ ਲਾ ਬੇਬੇ ਬਾਪੂ ਕਿਵੇਂ ਕਰਦਾ ਮੈਂ ਇਹਨੂੰ ਕਦੇ ਕੁਛ ਕਿਹਾ ਅੱਛਾ ਨਾ ਫਿਰ ਕਹਿ ਕੇ ਦੇਖ ਲਈ ਲੱਗ ਜੂ ਪਤਾ ਬੇ ਤੂੰ ਜਾ ਬਗ ਜਾ ਪਰਾਂ ਤੇਰੀ ਦੰਦ ਕਲਾ ਨੇ ਮੁੰਡਾ ਲੈ ਲੈਣਾ ਸੀ ਉਹ ਤੂੰ ਜਾ ਪੁੱਤ ਤੇਰੇ ਸੱਟ ਤਾਂ ਨਹੀਂ ਲੱਗੀ ਨਾ ਜਮੇ ਨਹੀਂ ਲੱਗੀ ਮੈਨੂੰ ਤਾਂ ਇਉਂ ਲੱਗਦਾ ਕਿ ਸਲੂਟ ਵਾਲਾ ਦੱਬ ਕੇ ਵੱਜ ਗਿਆ ਹੈ ਨਾ ਕੀ ਪ੍ਰੋਗਰਾਮ ਹੈ ਚੰਗਾ ਭੈਣੇ 8 ਵਜੇ ਚੱਲਾਂਗੇ ਚੰਗਾ ਫਿਰ ਆ ਫੋਨ ਰੱਖਦੀ ਆ ਮੈਂ ਕੁੜੇ ਆਏ ਤਾਂ ਮੇਰਾ ਬਲਾਸ ਮੁੱਕ ਜੂ ਕੁੜੇ ਗੁਰਮੀਤ ਕੁੜੇ ਆ ਜਾ ਲੰਘਿਆ ਭੈਣੇ ਕੁੜੇ ਭੈਣੇ ਆਪਦੀ ਚਿੱਟੀ ਚੁੰਨੀ ਤਾਂ ਦੇਈ ਕੁੜੇ ਕੀ ਹੋ ਗਿਆ ਜੀਤੋ ਦੀ ਕੁੜਮਣੀ ਦੀ ਮਕਾਨ ਜਾਣਾ ਮੈਂ ਤਾਂ ਅੱਛਾ ਮੇਰੀ ਚੁੰਨੀ ਨੂੰ ਜਾਏ ਖਾਣੇ ਦੀਆਂ ਟਿੱਡੀਆਂ ਖਾ ਗਈਆਂ ਚੱਲ ਕੋਈ ਨਾ ਤੂੰ ਬੈਠ ਮੈਂ ਲੈ ਕੇ ਆਉਂਦੀ ਹੈ ਲਿਆ ਮੇਰੀ ਭੈਣ ਵੇ ਤੂੰ ਆ ਕਿੱਧਰ ਚੱਲਿਆ ਬੋਦੀਆਂ ਲਿਸ਼ਕਾਈ ਤੜਕੇ ਤੜਕੇ ਚੱਲਿਆ ਮੁਕਲਾਵਾ ਲੈਣੇ ਆਪਣੀ ਮਾਂ ਦਾ ਜਾਣਾ ਇਹਨੇ ਵਿਹਲੇ ਨੇ ਦਫ਼ਤਰ ਨੂੰ ਵੇ ਭਾਈ ਮਿਲਿਆ ਤੂੰ ਐਂ ਕਰਨਾ ਇਹਨੂੰ ਕੋਈ ਕੰਮ ਖੋਲ ਦੇ ਤੂੰ ਹੁਣ ਸਾਡੇ ਘੀਚ ਨੂੰ ਹੀ ਦੇਖ ਲੈ ਭਾਵੇਂ ਉਹ ਸਾਈਕਲਾਂ ਦੇ ਪੈਂਚਰ ਲਾਉਂਦਾ ਲੋੜਿਆਂ ਦੀ ਕਮਾਈ ਕਰਦਾ ਢਾਈ ਸੈ ਜੇਬ ਚ ਪਾ ਕੇ ਮੁੜਦਾ ਹੱਥਾਂ ਨੂੰ ਨਸ਼ਾ ਨੀ ਪੱਤਾ ਨੀ ਕੋਈ ਕੁਛ ਨਾ ਭੈਣੇ ਇਹ ਤਾਂ ਮੇਰੇ ਮੁੰਡੇ ਦੇ ਬੈਰ ਹੀ ਪੈ ਗਿਆ ਹੁਣ ਤੂੰ ਹੀ ਦੱਸ ਕਿਹਦੇ ਘਰੇ ਧੱਕੇ ਨਾਲ ਨੌਕਰ ਲੱਗ ਜੇ ਵੇ ਭਾਈ ਮਿਲਿਆ ਤੂੰ ਐਂ ਕਰ ਤੂੰ ਇਹਨੂੰ ਐਂ ਕਹਿ ਵੀ ਇਹ ਟੈਂਪੂ ਚਲਾ ਲੈ ਤੇਰੇ ਵਾਲਾ ਨਾਲੇ ਖੜੇ ਖੜੇ ਨੂੰ ਚਰ ਪਈ ਜਾਂਦੀ ਹੈ ਹੋਰ ਨਹੀਂ ਤਾਂ ਪਿੰਡ ਵਾਲਿਆਂ ਨੂੰ ਸ਼ਹਿਰ ਜਾਣਾ ਸੌਖਾ ਹੋ ਜਾਊਗਾ ਟੈਂਪੂ ਨਾ ਚਲਾ ਲੂ ਇਹ ਮਾੜਾ ਮੋਟਾ ਕੰਮ ਧੰਦਾ ਤਾਂ ਸਰਦਾਰ ਸਾਹਿਬ ਦੇ ਨੱਕ ਥੱਲੇ ਉਈ ਨਹੀਂ ਆਉਂਦਾ ਭਾਈ ਤੇਰਾ ਮੁੰਡਾ ਤਾਂ ਬਾਹਲਾ ਹੀ ਕੌੜਾ ਬਾਹਲਾ ਹੀ ਕੌੜਾ ਗੱਲ ਸੁਣੋ ਏ ਓਏ ਕਿੱਧਰ ਨੂੰ ਮੂੰਹ ਚੱਕਿਆ ਆ ਸੁਣ ਲਿਆ ਹੁਣ ਓਏ ਰਿਸ਼ਤੇ ਕਰਾਉਣ ਵਾਲੇ ਵੀ ਕਹਿਣ ਲੱਗ ਪਏ ਵੀ ਸਾਕ ਨਹੀਂ ਹੋਣਾ ਉਹ ਕੋਈ ਡੱਕਾ ਤੋੜ ਲੋ ਆ ਜਾਂਦਾ ਜਾਂਦਾ ਪੀਣਾ ਚੱਕੀ ਤੇ ਰੱਖ ਜੀ ਆ ਸਾਈਕਲ ਲੈ ਜਾ ਨਾ ਮੈਂ ਉਹਨੂੰ ਕੁਛ ਕਿਹਾ ਕਿਵੇਂ ਝੋਕਦਾ ਬਾਗੜ ਵਿਲੇ ਵਾਂਗੂ ਰੁਜ਼ਗਾਰ ਹੀ ਦੱਸਿਆ ਲੈ ਹੁਣ ਮੇਰੇ ਘੀਚੂ ਨੂੰ ਲਾ ਲਓ ਲੋੜਾਂ ਦੀ ਕਮਾਈ ਕਰਦਾ ਢਾਈ ਸੌ ਜੇਬ ਚ ਪਾ ਕੇ ਮੁੜਦਾ ਹੱਥ ਨੂੰ ਕੋਈ ਨਸ਼ਾ ਨੀ ਪਤਾ ਨੀ ਉਹ ਕਿਵੇਂ ਆ ਤਾਈ ਤਕੜੀ ਹੈ ਆ ਕਿਵੇਂ ਬੁੜਬੁੜ ਕਰਦੀ ਆਉਂਦੀ ਆ ਸੁੱਖ ਹੈ ਨਾ ਤੈਂ ਟਿੰਡੀਆਂ ਲੈਣੀਆਂ ਜਾਏ ਖਾਣਿਆਂ ਦਾ ਇੱਕ ਹੋਰ ਆ ਗਿਆ ਵਿਹਲਣ ਸਾਰਾ ਦਿਨ ਸ਼ਰਮ ਨੀ ਆਉਂਦੀ ਵੀਹਾਂ ਚ ਡੰਡੇ ਵਜਾਉਂਦੇ ਫਿਰਦਿਆਂ ਨੂੰ ਕਿਸੇ ਨੇ ਕੁੜੀ ਨੀ ਦੇਣੀ ਤੁਹਾਨੂੰ ਕਦੇ ਤਾਂ ਚੱਜ ਦੀ ਗੱਲ ਕਰ ਲਿਆ ਕਰਤਾਈ ਕਿਵੇਂ ਆ ਦੇਗੀ ਤੈਨੂੰ ਵੀ ਦੱਖੂ ਦਾਣਾ ਹੋਰ ਕੀ ਇਹਨੂੰ ਤਾਂ ਇਹਨੂੰ ਕੋਈ ਕੰਮ ਆ ਦੱਖੂ ਦਾਣੇ ਦਿੰਦੇ ਫਿਰਦੇ ਸਾਰਿਆਂ ਨੂੰ ਬਾਲਾ ਕੁੱਤ ਪਾ ਹੋਣ ਲੱਗ ਗਿਆ ਯਾਰ ਸੱਤੇ ਕੋਈ ਚੱਜ ਦਾ ਕੰਮ ਦੱਸ ਜਿਹੜਾ ਕਰ ਸਕੀਏ ਆਪਾਂ ਹੁਣ ਤਾਂ ਮੰਤਰੀ ਵੀ ਭੈਣ ਨਾਲ ਰੱਬ ਵਾਂਗੂ ਕੰਨਾਂ 'ਚ ਕੌੜਾ ਤੇਲ ਪਾਈ ਬੈਠਾ ਯਾਰ ਕੋਈ ਫਾਇਦਾ ਨਹੀਂ ਹੋਇਆ ਤੇਰੀ ਬੀਟੈਕ ਬੂਟੈਕ ਕਰੀਦਾ ਵੈਸੇ ਆਹ ਮੈਂਬਰ ਨਹੀਂ ਕਿਵੇਂ ਗੇਰੂ ਵਾਂਗੂ ਲਾਲ ਹੋਈ ਜਾਂਦੀ ਸੀ ਇਹ ਹੋਰ ਨਹੀਂ ਇੱਕ ਸਲਾਹ ਦੇਗੀ ਬਾਪੂ ਆਖੇ ਮੁੰਡੇ ਨੂੰ ਟੈਂਪੂ ਪਾ ਦਿਓ ਟੈਂਪੂ ਨਾ ਹੋ ਗਿਆ ਸਾਲਾ ਜਿਹਾ ਅਜੀ ਹੋ ਗਿਆ ਵੈਸੇ ਬਾਲਾ ਕਸੁੱਤਾ ਜਿਹਾ ਬੋਲ ਗਈ ਤਾਈ ਆਹ ਸਾਕ ਵਾਲੀ ਗੱਲ ਬਾਲੀ ਟੇਢੀ ਜੀ ਨਹੀਂ ਕਹਿ ਗਈ ਕਾਟੀ ਸਾਕ ਕਿਵੇਂ ਨਹੀਂ ਹੋਈ ਬਾਬਾ ਜੀ ਨੇ ਸਾਰਿਆਂ ਲਈ ਇੱਕ ਬਣਾਈ ਹੈ ਮੇਰੇ ਵਾਲੀ ਵੀ ਖਾਂਦੀ ਹੋ ਕਿਤੇ ਦਹੀਂ ਨਾ ਪਰੌਂਠੇ ਚਲ ਚੀਤੀਆ
ਪਰ ਮਿੱਠੋ ਉਹ ਤਾਂ ਮੇਰੇ ਭਰਾ ਨਾਲ ਵਿਆਹੀ ਹੋਈ ਹੈ। ਨੀ ਭਾਈ ਤਾਂ ਤੇਰਾ ਚੰਦ ਭਾਨ ਦਾ ਟੇਸ਼ਨ ਆ, ਉਹ ਕਹਿੰਦੇ ਹੁੰਦੇ ਆ ਨਾ ਵੀ ਕਾਂ ਜਲੇਬੀ ਲੈ ਗਿਆ ਬਸ ਉਵੇਂ। ਨਾਲੇ ਨਾ ਮੇਰੀ ਵੱਡੀ ਬੇਬੇ ਦੱਸਦੀ ਆ ਵੀ ਕਾਂ ਮਗਰੇ ਆ ਗਿਆ ਸੀ ਦਾਜ 'ਚ ਤੇ ਸਾਰੇ ਘਰ 'ਤੇ ਮੇਰ ਮਾਰ ਕੇ ਬਹਿ ਗਿਆ ਸੀ। ਨੀ ਮੂੰਹ ਸੰਭਾਲ ਕੇ ਬੋਲ ਮੇਰੇ ਭਰਾ ਬਾਰੇ। ਹਾਏ ਹਾਏ ਬੜੀਆਂ ਮਿਰਚਾਂ ਲੱਗੀਆਂ ਆਪਣੀ ਮਤਰਈ ਮਾਂ ਅਤੇ ਭਰਾ ਬਾਰੇ ਸੁਣ ਕੇ। ਉਹਨਾਂ ਨਾਲ ਤਾਂ ਉਹ ਬਗਾਨੀ ਧੀ ਚੰਗੀ ਆ ਜਿਹੜੀ ਤੈਨੂੰ ਇੰਨਾ ਪਿਆਰ ਕਰਦੀ ਆ। ਚੱਲ ਚੱਲ ਬਹੁਤ ਚੁਗਲੀਆਂ ਟਾਲੀ, ਹੁਣ ਚੱਲ ਆਪਣਾ ਟੈਂਪ ਲੰਘ ਜੂਗਾ। ਬੇਬੇ ਤੂੰ ਕਦੇ ਆਪਣੇ ਆਪ ਨੂੰ ਧਿਆਨ ਨਾਲ ਦੇਖਿਆ? ਕਿਉਂ, ਮੈਨੂੰ ਕੀ ਹੋਇਆ? ਉਹ ਨਾ ਜਦੋਂ ਆਪਾਂ ਮੋਟਰਸਾਈਕਲ 'ਤੇ ਜਾਂਦੇ ਹਾਂ ਨਾ ਤਾਂ ਆਪਾਂ ਮਾਂ ਪੁੱਤ ਘੱਟ ਅਤੇ ਭੈਣ ਭਰਾ ਜ਼ਿਆਦਾ ਲੱਗਦੇ ਹਾਂ। ਬੇਬੇ ਜਵਾਨੀ ਵੇਲੇ ਸੋਹਣੀ ਤਾਂ ਤੂੰ ਵੀ ਬਹੁਤ ਹੋਏਂਗੀ। ਦੇਖ ਮਾਂ ਨਾ ਮਸ਼ਕਰੀਆਂ, ਉਹ ਤੇਰੀ ਬੇਬੇ ਦੀਆਂ ਵੀ ਗੱਲਾਂ ਹੁੰਦੀਆਂ ਸੀ। ਰਿਸ਼ਤੇ ਵਾਲੀਆਂ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ। ਤੇਰੀ ਨਾਨੀ ਮੈਨੂੰ ਘਰੋਂ ਨਹੀਂ ਸੀ ਬਾਹਰ ਕੱਢਦੀ, ਆਖੇ ਨਜ਼ਰ ਲੱਗ ਜੂਗੀ ਕੁੜੀ ਨੂੰ। ਹਾਂ ਫਿਰ ਬੇਬੇ ਆ ਮੇਲਾ ਸਮਝ ਤੂੰ ਕੀ ਰਾਂਝਾ ਦੇਖ ਲਿਆ? ਚਿਮਟੇ ਖਾਏਗਾ। ਉਹ ਦੇਖ ਮੇਲਾ ਸੀ, ਉਹ ਆ ਗਿਆ। ਦੇਖ ਤਾਂ ਮੇਰੇ ਸਾਲਿਆਂ ਨੂੰ ਮੇਰੇ ਆਉਣ ਤੇ ਕਿਵੇਂ ਸੱਪ ਸੁੰਘ ਗਿਆ। ਜਾ ਆਪਣੇ ਬਾਪੂ ਨੂੰ ਪਾਣੀ ਦਿਆ। ਲੈ ਬਾਪੂ ਪਾਣੀ। ਫਿਰ ਸੋਚਿਆ ਕੁਛ? ਕਾਹਦੇ ਬਾਰੇ ਬਾਪੂ? ਉਹ ਅੱਛਾ, ਦਿਨੇ ਕੰਮਾਂ ਕਾਰਾਂ 'ਚ ਬਾਪੂ ਟਾਈਮ ਨਹੀਂ ਲੱਗਿਆ, ਰਾਤ ਨੂੰ ਕਾਗਰ ਜਿੱਥੋਂ ਹੋ ਕੇ ਸੋਚਦਾ। ਜੇ ਦਿਨੇ ਟਾਈਮ ਨਹੀਂ ਨਾ ਲੱਗਿਆ ਇਸ ਹਿਸਾਬ ਨਾਲ ਰਾਤ ਨੂੰ ਵੀ ਔਖਾ ਹੀ ਲੱਗੂ। ਆਪਸ ਵਿੱਚ ਕਿਉਂ ਲੜੀ ਜਾਂਦੇ ਹੋ? ਭਲਾ ਰਾਤ ਨੂੰ ਨਹੀਂ ਸੋਚਿਆ ਜਾ ਸਕਦਾ? ਰਾਤ ਨੂੰ ਇਹਨਾਂ ਨੇ ਬਾਰਡਰ ਬੂਰਡਰ 'ਤੇ ਨਿਕਲ ਜਾਣਾ ਹੈ, ਨਾਲੇ ਕੀ ਪਤਾ ਫਿਰ ਸੂਬੇਦਾਰ ਸਾਹਿਬ ਦਾ ਪਾਕਿਸਤਾਨ 'ਤੇ ਚੜ੍ਹਾਈ ਵੀ ਕਰ ਸਕਦੇ ਆ। ਤੁਸੀਂ ਲਾਓ ਝੁੱਟ ਬੇਬੇ, ਮੈਂ ਸੌਂਦਾਗਾ, ਮੇਰਾ ਮਤਲਬ ਸੋਚਦਾਗਾ। ਫੇਰ ਤੋੜਤਾ ਮੰਜਾ, ਉਹ ਕਿਉਂ ਮੇਰਾ ਲਹੂ ਪੀਨਾ? ਮੈਂ ਮਰ ਜਾ, ਕੀ ਹੋ ਗਿਆ ਸੱਤੇ? ਮੇਰਿਆ ਪਤਿਓਰਿਆ ਤੂੰ ਹਟ ਜਾ ਓਏ, ਓਏ ਇਹੋ ਜਿਹਾ ਕੀ ਦਿੰਦਾ ਉਹ ਤੈਨੂੰ? ਹੈ ਓਏ ਐਵੇਂ ਦਿਲ ਫੇਲ ਕਰੇਗਾ ਕਿਸੇ ਦਿਨ ਮੇਰਾ? ਉਹ ਤੂੰ ਕਿਸੇ ਕੰਮ ਕਾਰ ਤੇ ਲਾ ਦੇ ਨਿਕੰਮੇ ਨੂੰ। ਲੈ ਫੜ ਪੁੱਤ ਘੁੱਟ ਪਾਣੀ ਦੀ ਪੀ ਲਾ। ਦੇਖਦਾ ਅਜੇ ਵੀ ਪੁੱਤ ਪੁੱਤ ਕਰਦੀ ਹੈ ਇਹਨੂੰ, ਉਹ ਸ਼ਰਮ ਦਾ ਘਾਟਾ ਤੁਹਾਨੂੰ ਦੋਨਾਂ ਨੂੰ। ਪੀ ਲਾ ਹੁਣ ਤਾਂ ਨਾ ਉਹ ਬਾਰਾ ਮਿਸਤਰੀ ਵੀ ਮੈਨੂੰ ਚਹੇਟਾ ਕਰਦਾ ਫਿਰਦਾ। ਅਖੇ ਫਿਕਰ ਨਾ ਕਰ ਮਿਲਿਆ ਸਿਆ, ਤੇਰੇ ਵਾਸਤੇ ਨਾ ਸਿਰ ਪੈ ਕੱਢ ਕੇ ਕੰਧ ਨਾਲ ਲਾਇਆ ਪਿਆ ਹੁੰਦਾ, ਜਦੋਂ ਮਰਜ਼ੀ ਆ ਕੇ ਲੈ ਜਾ ਕਰ। ਆ ਤੂੰ ਤਾਂ ਉਹੀ ਨਹੀਂ ਜਰਦਾ ਮੇਰੇ ਸੋਨੇ ਵਰਗੇ ਪੁੱਤ ਨੂੰ। ਜਾ ਪਰੇ, ਜਾ ਬਗ ਜਾ, ਚਲਾ ਜਾ ਇੱਥੋਂ, ਜਾ ਅੰਦਰ ਜਾ ਕੇ ਡੱਫਲਾ ਰੋਟੀ। ਜਾ ਡੱਫ ਲੂੰਗਾ। ਬੇਬੇ ਬੇਬੇ ਪਤਾ ਮੈਂ ਨਾ ਯਾਨੀ ਯੂਐਸ ਪੁਲਿਸ 'ਚ ਭਰਤੀ ਹੋ ਗਿਆ ਬੇਬੇ, ਅਤੇ ਮੈਂ ਨਾ ਜੀਪ 'ਚ ਇੱਕ ਚੋਰ ਦਾ ਪਿੱਛਾ ਕਰ ਰਿਹਾ ਸੀ ਬੇਬੇ, ਚੋਰ ਦੇ ਜਮ੍ਹਾਂ ਕੋਲੇ ਪਹੁੰਚਣ ਵਾਲਾ ਸੀ ਬੇਬੇ, ਅਤੇ ਮੂਹਰੇ ਗਊ ਮਾਤਾ ਆ ਗਈ, ਅਤੇ ਮੈਂ ਨਾ ਪੂਰੇ ਜ਼ੋਰ ਨਾਲ ਬ੍ਰੇਕ ਮਾਰੇ, ਅਤੇ ਬੇਬੇ ਆ ਮੰਜਾ। ਚੱਲ ਕੋਈ ਨਾ ਪੁੱਤ, ਤੂੰ ਬਚ ਗਿਆ ਨਾ, ਮੰਜਾ ਤਾਂ ਫਿਰ ਵੀ ਬਣ ਜੂਗਾ। ਪੁੱਤ ਮੈਨੂੰ ਆਏ ਲੱਗਦਾ ਜਿਵੇਂ ਭੂਤਾਂ ਦਾ ਨਾ ਕਿਸੇ ਨੇ ਤੈਨੂੰ ਟੂਣਾ ਟਾਮਣ ਕਰਾਤਾ। ਹਾਂ ਮੈਂ ਟਿੱਲੇ ਵਾਲੇ ਸਾਹ ਤੋਂ ਲਿਆਉਂਗੀ ਧਾਗਾ ਕਰਾ ਕੇ। ਸੁਪਨਾ ਘੈਂਟ ਸੀ ਬੇਬੇ। ਦੇਖੋ
ਅਜੇ ਕੰਮ ਕਰਾਂ ਨੂੰ ਟਾਈਮ ਤਾਂ ਲੱਗਦਾ, ਸਬਰ ਕਰੋ ਹੈ। ਨਾਲੇ ਜਦੋਂ ਤੁਹਾਡਾ ਕੰਮ ਹੋ ਗਿਆ ਉਦੋਂ ਚਿੱਠੀ ਤੂੰ ਕਰਕੇ ਆ ਜਾਣੀ ਹੈ ਦਫ਼ਤਰ ਤੋਂ। ਹੁਣ ਤਾਂ ਮੇਰੀ ਮੀਟਿੰਗ ਹੈ, ਮੈਂ ਚੱਲਦਾ, ਸਮਝ ਗਏ ਨਾ? ਚਲੋ ਸ਼ਾਬਾਸ਼। ਵਿਆਜ ਨੂੰ ਵਿਆਜ ਸਿਉਂ ਖੰਗੂ ਲੱਗੀ ਜਾਂਦਾ ਮੰਤਰੀ ਸਾਹਿਬ। ਨਾਲੇ ਜੇ ਨੌਕਰੀ ਨਹੀਂ ਦੇ ਸਕਦੇ ਤਾਂ ਮੇਰੇ ਪੈਸੇ ਵਾਪਸ ਕਰ ਦਿਓ, ਮੈਂ ਆਪਦੇ ਬਾਪੂ ਦਾ ਕਰਜ਼ਾ ਤਾਂ ਲਾ ਦਿਆਂ। ਗੱਲ ਨੂੰ ਸਮਝਿਆ ਕਰਦੇ ਆ ਕਾਕਾ, ਗੱਲ ਨੂੰ ਸਮਝਿਆ ਕਰਦੇ ਆ, ਸਮਝਿਆ ਕਰਦੇ ਆ। ਮੈਂ ਆਪਣੇ ਵੱਲੋਂ ਤਾਂ ਕਾਰਵਾਈ ਪੂਰੀ ਕਰਤੀ, ਹੁਣ ਤਾਂ ਸਰਕਾਰਾਂ ਦਾ ਕੰਮ ਰਹਿ ਗਿਆ। ਪੀਏ ਸਾਹਿਬ ਚਲੋ। ਕਟੇ ਸ਼ਹਿਰ ਚੱਲ ਕੇ ਆਈਏ, ਬਾਪੂ ਨੇ ਇੱਕ ਦੋ ਕੰਮ ਕਹੇ ਸੀ। ਸ਼ਹਿਰ ਤਾਂ ਚੱਲ ਆਉਂਦੇ ਹਾਂ, ਪਰ ਸੱਤੇ ਤੈਨੂੰ ਨਹੀਂ ਲੱਗਦਾ ਵੀ MLA ਆਪਾਂ ਨੂੰ ਝੁੱਡੂ ਬਣਾ ਰਿਹਾ? ਨਾ ਤਾਂ ਇਹਨੇ ਤੈਨੂੰ ਕੋਈ ਨੌਕਰੀ ਦੇਣੀ ਆ ਅਤੇ ਨਾ ਹੀ ਤੇਰੇ ਪੈਸੇ ਵਾਪਸ ਕਰਨੇ ਨੇ। ਕਟੀਆ ਨਾਲ ਲੀਡਰਾਂ ਨੂੰ ਨਾ ਸਾਡੀ ਹੱਸ ਕੇ ਬੁਲਾਈ ਸਤਿ ਸ਼੍ਰੀ ਅਕਾਲ 'ਚ ਸਿਰਫ ਸਾਡੇ ਹਾਸੇ ਦਿੰਦੇ ਆ, ਬੁੱਲਾਂ 'ਤੇ ਜੰਮੀ ਬੇਰੁਜ਼ਗਾਰੀ ਦੀ ਸਿੱਕਰੀ ਨਹੀਂ ਦਿੰਦੀ। ਚੱਲ ਆ ਜਾ, ਬਹਿ ਜਾ। ਚੱਲ ਛੱਡ ਪਰੇ ਬਾਈ, ਲੀਡਰ ਤਾਂ ਹੁੰਦੇ ਹੀ ਕੁੱਤੇ ਦਾ ਹੱਦ ਨੇ, ਸਭ ਕੁਛ ਠੀਕ ਹੋ ਜੂਗਾ ਸੱਤੇ, ਕਾਹਨੂੰ ਘਬਰਾਉਣਾ ਬਾਈ? ਨਾ ਘਬਰਾਉਂਦੇ ਤਾਂ ਨਹੀਂ। ਅਹੇ ਬਾਲਾ ਹੀ ਸਿਰ ਦੁਖਦਾ ਰਹਿੰਦਾ ਹੈ। ਕੀ ਗੱਲ ਬੇਬੇ, ਸਿਰ ਜਾ ਬੰਨੀ ਬੈਠੀ ਆ? ਵੇ ਕੀ ਦੱਸਾਂ ਪੁੱਤ, ਆ ਟੀਵੀ ਨਹੀਂ ਅੱਗ ਲੱਗਣਾ ਸਾਰਾ ਦਿਨ ਬੰਦ ਕਰ ਦੇ ਕਿਤੇ। ਆ ਬੰਦ ਕਰਾ ਯਾਰ ਇਹਨੂੰ। ਸੂਫੀ ਟੀਵੀ ਬੰਦ ਕਰ ਦੇ, ਬੀਬੀ ਦਾ ਸਿਰ ਦੁਖੀ ਜਾਂਦਾ। ਕੀ ਹੋ ਗਿਆ ਇਹਨੂੰ? ਬਾਲੇ ਦੁਖੀ ਜਾਂਦਾ, ਚੀਸਾਂ ਪਈ ਜਾਂਦੀਆਂ, ਬਾਲੀਆਂ ਚੀਸਾਂ ਪੈਂਦੀਆਂ। ਮੈਂ ਮੇਰੇ ਸਾਲੇ ਦਾ ਟੀਵੀ ਭੰਡੂ ਕਿਸੇ ਦਿਨ ਮਾਰ ਕੇ ਕੁਛ, ਆਪ ਤਾਂ ਬਾਪੂ ਮਰ ਗਿਆ, ਇਹਨੂੰ ਸਾਡੇ ਗਲ ਪਾ ਗਿਆ। ਸੂਫੀ ਉੱਠ ਕੇ ਘੁੱਟ ਦੁੱਧ ਹੀ ਪੀ ਲਾ ਫਿਰ ਸੌਂ ਜੀ। ਮੈਂ ਨਹੀਂ ਪੀਣਾ ਭਾਬੀ, ਮੈਨੂੰ ਨੀਂਦ ਆਉਂਦੀ ਆ। ਇੱਕ ਵਾਰੀ ਉੱਠ ਕੇ ਦੁੱਧ ਪੀ ਲਾ ਫਿਰ ਸੌਂ ਜੀ, ਚੰਗਾ ਉੱਠ। ਕਦੇ ਵਿਆਜ ਨੂੰ ਵਿਆਜ ਲੱਗਦਾ ਦੇਖਿਆ ਲੀਡਰਾਂ? ਮੇਰੇ ਬਾਪੂ ਨੇ ਦੇਖਿਆ, ਮੇਰੀ ਮਾਂ ਨੇ ਦੇਖਿਆ, ਮੈਂ ਦੇਖਿਆ। ਬਾਪੂ ਅੱਜ ਇਹ ਪੈਰ ਮੱਝ ਨੇ ਸੱਤੇ ਦੇ ਬਾਪੂ ਦੇ ਪੈਰ 'ਤੇ ਨਹੀਂ ਰੱਖਿਆ ਸੀ, ਇਹ ਤਾਂ ਸੱਤੇ ਦੇ ਸਮੁੰਦਰ ਦੇ ਸੀਨੇ 'ਤੇ ਰਾਜ ਕਰਨ ਦੇ ਸੁਪਨਿਆਂ 'ਤੇ ਰੱਖਿਆ ਗਿਆ ਸੀ। ਕਈ ਵਾਰ ਹਾਲਾਤ ਬੰਦੇ ਨੂੰ ਇੰਨਾ ਤੋੜ ਦਿੰਦੇ ਨੇ ਕਿ ਉਹਨੂੰ ਸੁਪਨੇ ਵੀ ਤੋੜਨੇ ਪੈ ਜਾਂਦੇ ਨੇ। ਸਮੁੰਦਰੀ ਜਹਾਜ਼ ਨੂੰ ਚਲਾ ਕੇ ਹਿੰਦ ਮਹਾਂਸਾਗਰ ਦੀਆਂ ਹੱਦਾਂ ਤੱਕ ਜਾਣ ਦੇ ਸੁਪਨੇ, ਇੱਕ ਟੈਂਪੂ ਨੂੰ ਚਲਾ ਕੇ ਜਲੂਰ ਤੋਂ ਲੈ ਕੇ ਬਰਨਾਲੇ ਦੀ ਹੱਦ ਤੱਕ ਆ ਖਲੋਤੇ, ਬਸ ਜੋ ਸਮੁੰਦਰ ਦੀਆਂ ਹੱਦਾਂ ਤੋੜਨ ਨੂੰ ਫਿਰਦਾ ਸੀ ਅੱਜ ਸ਼ਹਿਰ ਦੀਆਂ ਹੱਦਾਂ ਤੱਕ ਬੰਨਿਆ ਗਿਆ। ਪਰ ਕਈ ਵਾਰ ਹੱਦਾਂ ਵੀ ਇਨਸਾਨ ਨੂੰ ਬਹੁਤ ਕੁਝ ਬਣਾ ਦਿੰਦੀਆਂ। ਦੇਖਿਆ, ਮੈਂ ਰਿਸ਼ਤੇ ਹੀ ਨਹੀਂ ਕਰਾਉਂਦੀ, ਮੇਰਾ ਤਾਂ ਕੰਮ ਕਾਰ ਚਲਾਉਣ ਵਿੱਚ ਵੀ ਬਹੁਤ ਦਿਮਾਗ ਹੈ। ਮੰਨਦਾ ਇਹ ਸਲਾਹ ਵੀ ਮੈਂ ਦਿੱਤੀ ਸੀ ਇਹਨਾਂ ਨੂੰ। ਆਹੋ, ਦਿਖੀ ਜਾਂਦਾ ਤੇਰੀ ਨੇਕ ਸਲਾਹ ਦਾ ਨਤੀਜਾ, ਉਹ ਜਿਨ੍ਹਾਂ ਨੂੰ ਤੂੰ ਭੂਣ ਤੇ ਚਾੜਤਾ, ਆ ਵੇਖ ਉਹ ਤਾਂ ਮੂੰਹ ਲਮਕਾਈ ਖੜੇ। ਉਹ ਚੱਲ ਠੀਕ ਹੈ ਮੇਲਾ ਸਿਆਂ, ਹੁਣ ਮੁੰਡਾ ਤੇਰਾ ਕਿਸੇ ਆਰੇ ਤਾਂ ਲੱਗ ਜੂ। ਠੀਕ ਹੈ ਨੇਕ ਸਿਆਂ, ਬਈ ਮੁੰਡਾ ਕਹੇ ਤਾਂ ਲੱਗਿਆ। ਤੂੰ ਚਾਹ ਬਦਾਣਾ ਛੱਡ ਲੈ ਵੀ ਗੁਰਮੀਤ ਕੌਰ, ਚਾਹ ਬਦਾਣਾ ਛਕਾ ਲਿਆ ਪਹਿਲੇ। ਆਜੋ ਵੀ ਆਜੋ, ਆਜੋ ਸਾਰੇ ਬੈਠੋ ਬੈਠੋ, ਬਹਿਜੋ ਬਹਿਜੋ, ਕੁੜੇ ਚਾਹ ਬਦਾਣਾ ਛੱਕ ਕੇ ਜਾਵਾਂਗੇ, ਬਹਿਜੋ। ਵਧਾਈਆਂ ਕੁੜੇ। ਲਓ ਵੀਰ ਜੀ, ਲਓ ਤੁਸੀਂ ਵੀ ਥੋੜਾ ਥੋੜਾ। ਵਧਾਈਆਂ ਹੁਣ ਗੁਰਮੀਤ ਕੁੜੇ, ਤੈਨੂੰ ਵੀ ਵਧਾਈਆਂ ਹੁਣ ਭੈਣੇ। ਲਓ ਬਾਬਾ ਜੀ।
ਲੈ ਲੜਾ ਆਪਣੀ ਪੈਸਿਆਂ 'ਚ ਨੇ ਲੜਾ ਪੁੱਤ ਹੁਣ ਜੀ ਲਾ ਕੇ ਕੰਮ ਕਰੀ ਚੰਗਾ ਲੈ ਭੈਣੇ ਤੂੰ ਵੀ ਲੈ ਲਾ ਲਓ ਯਾਰ ਸੱਤੇ ਊਂ ਗੱਲ ਆ ਇੱਕ ਮੈਂ ਕਹਿੰਦਾ ਸੀ ਨਾ ਤੈਨੂੰ ਵੀ ਸਰਸਵਤੀ ਬੈਠੀ ਹੁੰਦੀ ਹੈ ਬੰਦੇ ਦੀ ਜ਼ਬਾਨ 'ਤੇ ਮੈਂ ਲਾ ਲਿਆ ਸਾਹਿਬ ਤੂੰ ਨਾ ਘੱਟ ਹੀ ਬੋਲਿਆ ਕਰ ਹੁੰਡੇ ਲੈ ਜੇ ਕੀ ਕੱਢੀ ਜਾਂਦਾ ਜਿਉਂਦਾ ਰਹਿ ਪੁੱਤ ਤੂੰ ਵੀ ਨਾ ਮੇਰੇ ਘਿਚੂੰਗੂ ਰੋਟੀ ਪੈ ਗਿਆ ਲੋੜਿਆਂ ਦੇ ਪੈਸੇ ਕਮਾਉਂਦਾ ਢਾਈ ਸੌ ਜੇਬ 'ਚ ਪਾ ਕੇ ਮੁੜਦਾ ਹੱਥਾਂ ਨੂੰ ਨਸ਼ਾ ਨਹੀਂ ਪਤਾ ਨਹੀਂ ਨਾਲੇ ਸਾਰੇ ਪਿੰਡ ਨੂੰ ਸੁੱਖ ਹੋ ਗਿਆ ਤਾਈ ਸਾਰੇ ਪਿੰਡ ਨੂੰ ਸੁੱਖ ਹੋ ਸਕਦਾ ਇੱਕ ਤੈਨੂੰ ਛੱਡ ਕੇ ਉਹਨਾਂ ਚੜ੍ਹ ਜੀ ਕਿਤੇ ਗਲਤੀ ਨਾਲ ਫਿਟੇ ਮੂੰਹ ਹੈਂ ਭਲਾਈ ਦਾ ਜ਼ਮਾਨਾ ਹੀ ਨਹੀਂ ਕਾਟੀ ਹੋਏ ਕਿਸੇ ਦਿਨ ਨਾ ਇਹਨਾਂ ਦੇ ਕੀਚੂ ਦੀ ਗਿੱਦੜ ਕੁੱਟ ਕਰਨੀ ਹੈ ਸਾਲੇ ਨੇ ਪੈਂਚਰਾਂ ਦੀ ਦੁਕਾਨ ਹੀ ਖੋਲ੍ਹੀ ਹੈ ਐਮ ਆਰ ਐਫ ਦੀ ਬ੍ਰਾਂਚ ਥੋੜ੍ਹੀ ਖੋਲ੍ਹੀ ਆ ਉਹ ਯਾਰ ਫਿਰ ਪੈਂਚਰ ਕੌਣ ਲਾਊ ਮੈਂ ਗਿੱਦੜ ਕੁੱਟ ਕਰਨ ਨੂੰ ਕਿਹਾ ਮਾਰਨ ਨੂੰ ਨਹੀਂ ਆ ਜਾ ਰੱਖ ਡੋਰੀਆਂ ਸੱਚੇ ਰੱਬ ਦੇ ਬੱਲੇ ਬੱਲੇ ਮੁਕਦੇ ਰੱਖ ਡੋਰੀਆਂ ਸੱਚੇ ਰੱਬ ਦੇ ਦੇਖ ਲੈ ਕਾਟੀ ਚਾਚਾ ਦੇ ਸੁਪਨੇ ਲੈਂਦੇ ਸੀ ਟੈਂਪੂ 'ਤੇ ਆ ਗਏ ਯਾਰ ਨਾ ਯਾਰ ਇੱਦਾਂ ਨਾ ਕਹਿ ਟੈਂਪੂ ਨਹੀਂ ਹੈ ਹੁਣ ਤਾਂ ਇਹੀ ਆਪਣਾ ਟਾਈਟੈਨਿਕ ਸਹੀ ਕਿਹਾ ਤੂੰ ਹੁਣ ਤਾਂ ਇਹੀ ਆਪਣਾ ਟਾਈਟੈਨਿਕ ਨਾਲੇ ਸਿਆਣੇ ਕਹਿੰਦੇ ਆ ਲਿਖੀਆਂ ਲੇਖਦੀਆਂ ਭੋਗ ਮਨਾਂ 'ਚ ਤਲਾ ਕੇ ਯਾਰ ਸੱਤੇ ਇੱਕ ਗੱਲ ਦੱਸ ਯਾਰ ਅੱਜ ਆਪਾਂ ਕਿਹੜੀ ਖੁਸ਼ੀ 'ਚ ਪੀ ਰਹੇ ਹਾਂ ਖੁਸ਼ੀ 'ਚ ਨਹੀਂ ਦੁੱਖ 'ਚ ਪੀ ਰਹੇ ਹਾਂ ਬੀਟੈਕ ਕਰਕੇ ਵੀ ਟੈਂਪੂ ਚਲਾਉਣਾ ਪੈ ਗਿਆ ਇਹਦਾ ਧੱਕਾ ਹੀ ਹੈ ਯਾਰ ਉਹ ਗੱਲ ਤਾਂ ਠੀਕ ਆ ਤੇਰੀ ਮਤਲਬ ਹੁਣ ਇਹ ਕੰਮ ਲਗਾਤਾਰ ਹੀ ਚੱਲੂ ਹੈ ਉਹ ਕਿਵੇਂ ਦੇਖ ਅੱਜ ਆਪਾਂ ਦਾਰੂ ਦੁੱਖ 'ਚ ਪੀ ਰਹੇ ਹਾਂ ਅਤੇ ਕੱਲ੍ਹ ਤੋਂ ਕੱਲ੍ਹ ਨੂੰ ਆਪਣਾ ਕਾਰੋਬਾਰ ਸ਼ੁਰੂ ਹੋਣ ਦੀ ਖੁਸ਼ੀ 'ਚ ਪੀਆ ਕਰਾਂਗੇ ਆਪਣੇ ਬਚਪਨ ਦੇ ਯਾਰ ਸੱਤੇ ਦੇ ਗਮ ਕਾਟੀ ਤੋਂ ਵੱਧ ਹੋਰ ਕੌਣ ਸਮਝ ਸਕਦਾ ਸੀ ਸੱਤਾ ਤਾਂ ਭਾਵੇਂ ਸ਼ਰਾਬ ਦੇ ਨਸ਼ੇ ਵਿੱਚ ਉਰ ਟੁੱਟੇ ਖੁਆਬਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਕਾਟੀ ਲਈ ਇਹ ਸਹਿਣਾ ਸੌਖਾ ਨਹੀਂ ਸੀ ਅੰਦਰੋਂ ਬੇਚੈਨ ਹੋਇਆ ਕਾਟੀ ਕਾਟੀ ਹੈਂ ਇਹ ਕੀ ਕਰ ਰਿਹਾ ਸੁਖਪੁਰਾ ਕਰਮਪੁਰਾ ਬਰਨਾਲਾ ਆ ਜਾਓ ਬਈ ਆ ਜਾਓ ਉਹ ਆ ਜਾਓ ਬਈ ਆ ਜਾਓ ਛੇਤੀ ਆ ਜਾਓ ਸੁਖਪੁਰਾ 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 ਚੱਲਿਆ ਜਾ ਆ ਜਾਓ ਛੇਤੀ ਆ ਜਾਓ ਫਿਰ ਸੀਟ ਨਹੀਂ ਮਿਲਣੀ ਛੇਤੀ ਉਹ ਆ ਵੀ ਰਾਮੂ ਕਿੱਧਰ ਕੋ ਜਾਣਾ ਸ਼ਹਿਰ ਜਾਣਾ ਹੈ ਸਰਦਾਰ ਜੀ ਕਿਆ ਕਰੋਗੇ ਸ਼ਹਿਰ ਜਾ ਕੇ ਫਿਲਮ ਦੇਖੇਂਗੇ ਕੌਣ ਸੀ ਚਮੇਲੀ ਕੀ ਜਵਾਨੀ ਓਏ 18 ਦਾ ਤੋ ਹੋ ਜਾ ਪਹਿਲੇ ਫਿਲਮ ਦੇਖਣੀ ਹੈ ਚੱਲ ਬਹਿ ਜਾ ਓਏ ਗੱਲ ਸੁਣ ਉਹ ਨਾਲੇ ਚੱਜ ਕੀ ਫਿਲਮ ਦੇਖਿਆ ਕਰੋ ਹੱਥ ਪਾਲੀ ਕੱਸ ਕੇ ਚੱਲ ਸੱਤੇ ਚੱਲ ਹੋ ਰੱਖ ਡੋਰੀਆਂ ਸੱਚੇ ਰੱਬ ਦੇ ਬੱਲੇ ਬੱਲੇ ਉੱਠ ਜੱਗ ਦੇ ਨਹੀਂ ਟਾਈਮ ਦੇਖ ਲਓ ਟੈਂਪੂ ਆ ਗਿਆ ਭਾਈ ਆ ਟੈਂਪੂ ਬਰਨਾਲੇ ਨੂੰ ਜਾਊਗਾ ਨਾ ਬੇਬੇ ਅਟਾਰੀ ਬਾਰਡਰ ਪਾਕਿਸਤਾਨ ਚੱਲੇ ਆ ਪਾਸਪੋਰਟ ਹੈਗਾ ਉਹ ਬਹਿਜਾ ਬਹਿਜਾ ਬੇਬੇ ਜਾਊਗਾ ਜੀ ਆ ਟੈਂਪੂ ਕਾਲਜ ਮੋੜ ਤੇ ਜਾਊਗਾ ਨਾ ਹੈਲੋ ਕਿੱਧਰ ਧਿਆਨ ਹੈ
हाँ जी हाँ जी जरूर जाऊंगा जी, बह जाओ। ऐ कहना फिर नाले ना जी ये टेंपू नहीं हैगा, टाइटैनिक है। रख डोरियां सच्चे रब दे, बल्ले बल्ले उठ जग दे। होर बेबे, अच्छा बेबे आज दी कमाई है? नी मां सदके मैं कदी सुनदा है, आ देख ला मेरा पुत्त कमा के ले आया आज। ओए ठीक है, रौला कानू पाया ऊई ना किते डाका पा दी। 200-400 रुपया फड़ा के कंजर ते ऐ बोंदले फिरदे है जिवें कोई खजाना थे आ गया हुंदा। तू ना कदे चज नाल बोली, मुंडे नु हौसला दा की देना है, अगे तो 36 गल्ला सुनातियां। टेंपू क्या? हाँ मैं दसदा नू किचू वीरे, मैंने ताली गल ली है, पिछले के बैठ मेहनत की थी। हाँ हाँ फिर ठीक है, चल आ जा। अभी सारे ही पे कटी यार। उधर कर चलो उधर टेंपू ही है। काटी यार टेंपू ना क्या? क्यों टेंपू जा लग रहा? वैसे बचन बुढ़ी ने एक काम चंगा करता, चार पैसे तो आंदे करे, पर एक काम माड़ा भी करता। बचन बुढ़ी नालों ज्यादा गुस्सा ना ना ते की चूते हैं। रब्बा जे किते इत्थे अज मिल जे ना ओदियां ना खुच्चा पे। तेरे फुफड़ दा ना कीचू आ कीचू कीचू बजरो बुड़ी का कीचू लाए टैड होया किते ओ तेरा परना बादी ओ जदर लवणा पक्का पंच फट जा। एक मिनट पहला कन्फर्म कर लिए जो करना छेदी करो। अरे तू जलूर वाली बजनो बुड़ी का पंचर वाला कीचू है। गोली मारो एहो जे बनोटी यार दे, गोली मारो एहो जे बनोटी यार दे। ना 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 और तकड़ियां ताई अक्की जुगे में बांजी बनी फिरता है। मैं भाई पूछना आ लोकी ता जमे नहीं जरदे कमाउंदे नूं देख के, आ पता नहीं की ने गुरुद्वारे कोले कुछ बंदे ने मेरी रात च हार्ट अटैक करता मेरे कीचू ते। गुरुद्वारे कोले है कीचू? गुरुद्वारे कोले
ਹੋਰ ਠੇਕੇ ਕੋਲੇ ਉਹ ਤਾਂ ਹੀ ਇੱਕ ਗੱਲ ਸੱਚ ਕਹੀ ਹੈ ਸਿਆਣੇ ਨੇ ਨੇਰੀ ਰਾਤ ਤੇ ਬਗਾਨੀ ਬਰਾਜ ਛੱਤਰ ਕਦਰੋਂ ਪੈਣ ਕੁਝ ਨਹੀਂ ਪਤਾ ਲੱਗਦਾ ਕਿ ਨਹੀਂ ਤੇ ਵੇਹ ਜਾ ਜਾਣਦੀ ਆ ਮੈਂ ਤੈਨੂੰ ਵੀ ਸਾਰਾ ਪਿੰਡ ਲੱਗਦਾ ਮੇਰੇ ਕੀਚੀ ਤੇ ਲੋੜਿਆਂ ਦੇ ਪੈਸੇ ਜੋ ਕਮਾਉਂਦਾ ਹੈ ਢਾਈ ਸੌ ਜੇਬ ਚ ਪਾ ਕੇ ਮੁੜਦਾ ਹੱਥਾਂ ਨੂੰ ਨਸ਼ਾ ਨਹੀਂ ਪਤਾ ਨਹੀਂ ਕਰਦਾ ਐ ਤਾਂ ਹੀ ਲੋੜਿਆਂ ਦੇ ਪੈਸੇ ਤਾਂ ਅਸੀਂ ਵੀ ਕਮਾਉਣ ਲੱਗ ਗਏ ਹੁਣ ਦੋ ਤਿੰਨ ਸੌ ਜੇਬ ਚ ਪਾ ਕੇ ਮੁੜੀਦਾ ਹੱਥਾਂ ਨੂੰ ਤੇ ਜਿੱਥੋਂ ਤੱਕ ਨਸ਼ੇ ਪੱਤੇ ਦੀ ਗੱਲ ਹੈ ਥੱਕ ਧੁੱਕ ਜਾਈਦਾ ਹੱਥ ਨੇ ਪੈਗ ਲਾ ਲਈਦਾ ਉਹ ਵੀ ਫਾਟਕਾਂ ਦੇ ਠੇਕੇ ਤੇ ਪੁੱਛ ਲਓ ਕੀ ਚੂਨੂੰ ਕਿਉਂ ਕੀ ਚੂ ਬੇਬੇ ਆਪਾਂ ਨਾ ਘਰ ਚੱਲੀਏ ਮੇਰਾ ਗੁੱਟ ਦੁਖੀ ਜਾਂਦਾ ਸਾਲੇ ਚੱਲ ਮੇਰਾ ਪੁੱਤ ਲੋਕਾਂ ਦਾ ਕੀ ਹੈ ਇਹ ਤਾਂ ਬੋਲਦੇ ਹੀ ਰਹਿੰਦੇ ਆਹੋ ਨਾ ਇੰਜੀਨੀਅਰ ਤਾਂ ਇੱਕ ਹੀ ਹੈ ਪਿੰਡ 'ਚ ਉਹ ਕੀ ਚੂ ਇੱਥੇ ਇੱਥੇ ਬੈਠੂ ਮੇਰੀ ਮਿੱਠੋ ਇੱਥੇ ਲੱਗਦਾ ਮਿੱਠੋ ਦੇ ਸੀਟ ਨਾ ਪਾੜਦੀ ਤੂੰ ਗੱਲ ਇਹ ਤੇਰੀ ਨਹੀਂ ਬਣਦੀ ਗੁੱਸੇ ਤੋਂ ਮੇਰੇ ਤੇ ਹੋ ਰਿਹਾ ਦੇਖ ਜੇ ਤੂੰ ਕਹਿੰਦਾ ਕਰਾਂਗਾ ਐਂ ਕਾਟੀ ਕੋਈ ਇਹ ਡੰਗਰ ਵੱਛਾਂ ਦੇ ਸੌਦੇ ਨੇ ਇਹ ਤਾਂ ਦਿਲਾਂ ਦੇ ਮਾਮਲੇ ਨੇ ਦਿਲਾਂ ਦੇ ਉਹ ਰਹਿਣ ਦੇ ਯਾਰ ਉਹ ਮੁੰਜੇ ਬਾਲਾ ਕਹਿੰਦਾ ਦਾ ਨੰਬਰ ਦਵਾ ਦੇ ਯਾਰ ਸੱਚੀ ਹਾਂ ਲੈ ਫਿਰ ਕੱਲ੍ਹ ਤੱਕ ਤਾਂ ਉਹਦਾ ਨੰਬਰ ਆਇਆ ਲੈ ਤੇਰੇ ਫੋਨ 'ਚ ਚੱਲ ਚੱਲੀਏ ਭਾਬੀ 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 ਮੈਂ ਕਾਲਜ ਦੀ ਫੀਸ ਭਰਨੀ ਆ ਵੈਸੇ ਤਾਂ ਵੀਰਾ ਪਿਆ ਬਾਹਰ ਲਵਾਂ ਪਰ ਕਹਾਂ ਕਿਵੇਂ ਇੱਕ ਮਿੰਟ ਰੁਕ ਆਲੇ ਫੜ ਪੈਸੇ ਤੇ ਜਾ ਕੇ ਆਪਣੀ ਫੀਸ ਜਮ੍ਹਾਂ ਕਰਾ ਦੇ ਭਾਬੀ ਤੂੰ ਕਿੰਨੀ ਚੰਗੀ ਹੈ ਕਿ ਤੂੰ ਤੈਨੂੰ ਮੇਰੀ ਨਜ਼ਰ ਨਾ ਲੱਗ ਜਾਏ ਕਮਲੀ ਆਪਣਿਆਂ ਦੀ ਵੀ ਕਦੇ ਨਜ਼ਰ ਲੱਗਦੀ ਹੁੰਦੀ ਹੈ ਭਾਬੀ ਵੈਸੇ ਤਾਂ ਤੂੰ ਇਸ ਘਰ ਵਿੱਚ ਵਿਆਹ ਕੇ ਆਈ ਹੈ ਪਰ ਫਿਰ ਵੀ ਤੂੰ ਮੇਰਾ ਕਿੰਨਾ ਕਰਦੀ ਹੈ ਜਿਵੇਂ ਇਹ ਘਰ ਮੇਰਾ ਬਣ ਗਿਆ ਨਾ ਉਵੇਂ ਤੇਰਾ ਵੀ ਇੱਕ ਦਿਨ ਘਰ ਬਣ ਜਾਊ ਤੇ ਤੇਰਾ ਸੁਪਨਿਆਂ ਦਾ ਰਾਜਕੁਮਾਰ ਤੈਨੂੰ ਤੇਰੇ ਆਪਣੇ ਘਰੇ ਲੈ ਜਾਊਗਾ ਪਰ ਭਾਬੀ ਮੇਰਾ ਰਾਜਕੁਮਾਰ ਆਊਗਾ ਕਾਹਦੇ ਤੇ ਘੋੜੇ ਤੇ ਕਮਲੀ ਨਾ ਹੋਵੇ ਤਾਂ ਘੋੜੇ ਤੇ ਨਾ ਸਹੀ ਤੇ ਘਰ ਤੇ ਆ ਜਾਊ ਆ ਲਓ ਫੜ ਕੱਟ ਲਾਂ ਆ ਲਓ ਜੀ ਮੈਂ ਕਿਰਾਇਆ ਕੱਟਣ ਨੂੰ ਕਿਹਾ ਖੁੱਲੇ ਪੈਸੇ ਨਹੀਂ ਮੰਗੇ ਓ ਵੱਧ ਮੁੜ ਗਿਆ ਜੀ ਗਲਤੀ ਨਾਲ ਲਿਆਓ ਵਾਪਸ ਕਰ ਦਿਓ ਆ ਫੋਨ ਤੁਹਾਡਾ ਜੀ ਨਹੀਂ ਸਾਡੇ ਗਵਾਂਢੀਆਂ ਦਾ ਮੰਗ ਕੇ ਲਿਆਂਦਾ ਸੀ ਮੇਰੇ ਕੋਲ ਹੈ ਤੇ ਮੇਰਾ ਹੀ ਹੋਊ ਅਸਲ 'ਚ ਗੱਲ ਇਹ ਹੈ ਜੀ ਕਿ ਮੇਰੇ ਫੋਨ ਦੀ ਨਾ ਬੈਟਰੀ ਮੁੱਕ ਗਈ ਅਤੇ ਮੈਂ ਬਹੁਤ ਜ਼ਰੂਰੀ ਕਾਲ ਕਰਨੀ ਸੀ ਮਿਲ ਸਕਦਾ ਮੈਨੂੰ ਫੋਨ ਥੈਂਕਸ ਜੀ ਲਓ ਚੱਕਿਆ ਨਹੀਂ ਜੀ ਕਿਉਂ ਮਿਲ ਗਿਆ ਨੰਬਰ ਚੜ੍ਹਦੋ ਵੀ ਚੜ੍ਹਦੋ ਚੱਲ ਸੱਤੇ ਉਹ ਯਾਰ ਬਾਈ ਯਾਰ ਦੇਖੀ ਅੰਗਰੇਜ਼ ਨੇ ਕਿੱਥੇ ਜਾਣਾ ਯਾਰ ਪਤਾ ਨਹੀਂ ਕੀ ਘਾਟੇ ਮਾਡੇ ਬੋਲੀ ਜਾਂਦਾ ਯਾਰ ਅਤੇ ਮੈਨੂੰ ਸਮਝ ਨਹੀਂ ਲੱਗਦੀ ਇਹਨੂੰ ਸਮਾਰ ਕੇ ਪੁੱਛੇ ਨਾ ਜਾਣਾ ਕਿੱਥੇ ਆ ਹਾਏ ਬਾਡੀ ਯੈਸ ਸਰ ਵਾਟ ਐਡਰੈਸ ਯੂ ਆਰ ਲੁਕਿੰਗ ਫੋਰ ਇਹ ਤਾਂ ਐਕਚੁਅਲੀ ਬਾਡੀ ਆਈ ਐਮ ਟ੍ਰਾਈਂਗ ਟੂ ਟੈਲ ਹਿਮ ਦੈਟ ਆਈ ਵਾਂਟ ਟੂ ਗੋ ਟੂ ਸ਼ਾਪਿੰਗ ਮਾਲ ਐਂਡ ਦੈਨ ਏਅਰਫੋਰਸ ਸਟੇਸ਼ਨ ਇਹਨੂੰ ਨਾ ਪਹਿਲਾਂ ਬਾਜਾ ਖਾਨਾ ਰੋਡ ਵਾਲੇ ਮਾਲ 'ਚ ਲੈ ਜੀ ਉਦੋਂ ਬਾਅਦ ਠਿਕਰੀ ਵਾਲ ਏਅਰਫੋਰਸ ਸਟੇਸ਼ਨ ਛੱਡ ਦੀ ਠੀਕ ਹੈ ਯਾਰ ਹੀ ਵਿਲ ਟੇਕ ਯੂ ਟੂ ਦਾ ਮਾਲ ਫਸਟ ਓਕੇ ਦੈਨ ਡਰੋਪ ਯੂ ਔਨ ਦਾ ਏਅਰਫੋਰਸ ਸਟੇਸ਼ਨ ਯਾ ਓਕੇ ਥੈਂਕ ਯੂ ਥੈਂਕਸ ਬੜੀ ਯੂ ਆਰ ਵੈਲਕਮ ਸਰ ਬਾਏ ਬਾਏ
ਸੁਫੀ ਜੀ ਹੁਣ ਤਾਂ ਜੀ ਮੈਂ ਬੀ ਟੈਕ ਕੀਤੀ ਹੋਈ ਆ ਇਹ ਤਾਂ ਬਸ ਮਜਬੂਰੀ ਜੀ ਹੈ हेलो हेलो हाय रब्बा किवें गल करा हेलो सत श्री अकाल जी सत श्री अकाल जी कौन बोल रहे हो ਕਾਟੀ ਆ ਚਲਾ ਗਿਆ ਹਾਏ ਜਹਾਜ਼ ਡੁੱਬ ਗਿਆ ਐਂ ਕਿਵੇਂ ਡੁੱਬ ਗਿਆ ਕਾਹ 'ਚ ਡੁੱਬ ਗਿਆ ਛੱਪੜ 'ਚ ਉਹ ਯਾਰ ਸੱਤੇ ਆ ਕੋਈ ਤਰੀਕਾ ਹੁੰਦਾ ਉਠਾਉਣ ਦਾ ਯਾਰ ਨਾਲ ਤੈਨੂੰ ਕਿੰਨੀ ਵਾਰੀ ਕਿਹਾ ਸਰਸਵਤੀ ਬੈਠੀ ਹੁੰਦੀ ਆ ਜੀਭ 'ਤੇ ਸੋਚ ਸਮਝ ਕੇ ਬੋਲਿਆ ਕਰ ਉਦੋਂ ਬੈਠੀ ਹੋਊਗੀ ਹੁਣ ਹਰ ਵਾਰੀ ਨਹੀਂ ਬੈਠੀ ਸਮਝ ਗਿਆ ਗੱਲ ਸੁਣ ਹਾਂ ਯਾਰ ਮੈਨੂੰ ਤਾਂ ਸੁਖੀ ਬਾਲੀ ਕੱਬੀ ਲੱਗਦੀ ਯਾਰ ਤੂੰ ਠੀਕ ਤਾਂ ਹੈ ਕੁੜੀਆਂ ਵੀ ਕਦੇ ਗੱਬੀਆਂ ਹੁੰਦੀਆਂ ਨੇ ਯਾਰ ਮੈਂ ਉਹਨੂੰ ਫੋਨ ਕੀਤਾ ਸੀ ਜਦੋਂ ਮੈਂ ਗੱਲ ਕਰਦਾ ਸੀ ਨਾ ਫੋਨ ਵੀ ਸੇਕ ਮਾਰਦਾ ਸੀ ਅੱਛਾ ਹਾਂ ਫਿਰ ਕੋਈ ਹੋਰ ਲੱਭੀਏ ਕੋਈ ਹੋਰ ਲੱਭੀਏ ਦਿਲ ਤਾਂ ਮੇਰਾ ਇਹ ਲੈ ਕੇ ਹੋਰ ਨੂੰ ਅੰਬ ਦੇਊਂਗਾ ਮੈਂ ਯਾਰ ਫਿਰ ਤਾਂ ਇੱਕ ਰਸਤਾ ਹੈਗਾ ਮਿੱਠੋ ਦੀ ਸਿਫਾਰਸ਼ ਪਵਾਉਣੀ ਪਊ ਕਾਟੀ ਇਹ ਕੋਈ ਸਰਕਾਰੀ ਦਫ਼ਤਰ ਦਾ ਕੰਮ ਨਹੀਂ ਹੈਗਾ ਵੀ ਸਿਫਾਰਸ਼ ਪਾਉਣੀ ਪਊਗੀ ਇਹ ਦਿਲਾਂ ਦੇ ਮਾਮਲੇ ਆ ਦਿਲਾਂ ਦੇ ਅੱਛਾ ਹਾਂ ਚੱਲ ਠੀਕ ਆ ਫਿਰ ਉਹ ਗੱਲ ਤਾਂ ਸੁਣ ਮੇਰੀ ਹਾਂ ਸਪਰਸ਼ ਪਾਣੀ ਪੈ ਵੀ ਸਕਦੀ ਹੈ ਪਰ ਆਪਾਂ ਇੱਕ ਕੰਮ ਕਰਦੇ ਹਾਂ ਕੱਲ ਨੂੰ ਮਾਹੌਲ ਦੇਖਦੇ ਕੀ ਬਣਦਾ ਫਿਰ ਦੇਖਾਂਗੇ ਠੀਕ ਆ ਠੀਕ ਆ ਚੱਲ ਜਾ ਸੌਂਦੇ ਮੈਂ ਚੱਲ ਠੀਕ ਆ ਸੌ ਜਾ ਕੱਲ ਨੂੰ ਮਿਲਦੇ ਹਾਂ ਆਹੋ ਪਤਾ ਨਹੀਂ ਮਤਲਬ ਜਿਹੜੇ ਆਪਣੇ ਇਹ ਵਾਲੇ ਸ਼ਡਿਊਲ ਇਹ ਸ਼ਡਿਊਲ ਜ਼ਿਆਦਾ ਨਹੀਂ ਲੱਗ ਰਿਹਾ ਨਾ ਹੈ ਨਾ ਆਹ ਕੰਮ ਉੱਥੇ ਕਰ ਲਾਂਗੇ ਚੱਲ ਟੈਂਪੂ ਆ ਗਿਆ ਅੱਜ ਛੇਤੀ ਵਜੇ ਪਹਿਲੇ ਲੇਟ ਆ ਬਹਿਜੋ ਬਹਿਜੋ ਅੱਛਾ ਮਿੱਠੂ ਚੱਲ ਵੀ ਚੱਲ ਮਿੱਠੂ ਕੀ ਗੱਲ ਅੱਜ ਕਿਵੇਂ ਲੇਟ ਹੋ ਗਿਆ ਟਾਇਟੈਨਿਕ ਪੁੱਛੋ ਨਾ ਜੀ ਰਾਤ ਇੱਕ ਕੁੜੀ ਨੇ ਸੌਣ ਨਹੀਂ ਦਿੱਤਾ ਕੀ ਕੁੜੀ ਨੇ ਸੌਣ ਨਹੀਂ ਦਿੱਤਾ ਹਾਂ ਜੀ ਪਹਿਲਾਂ ਤਾਂ ਕਾਲ ਕਰਕੇ ਬੋਲੀ ਨਹੀਂ ਜਦੋਂ ਬੋਲੀ ਸਤਿ ਸ਼੍ਰੀ ਅਕਾਲ ਜੀ ਬੁਲਾ ਕੇ ਕਹਿੰਦੀ ਤੁਹਾਡੀ ਆਵਾਜ਼ ਨਹੀਂ ਆਉਂਦੀ ਕੱਲ੍ਹ ਨੂੰ ਕਰੂੰਗੀ ਕਹਿ ਕੇ ਕੱਟ ਗਈ ਲੈ ਦੱਸੋ ਇਹ ਤਾਂ ਸੇਮ ਰਾਤ ਮੇਰੇ ਨਾਲ ਵੀ ਹੋਇਆ ਸੀ ਪਰ ਮੈਨੂੰ ਫੋਨ ਕਰਨ ਵਾਲਾ ਤਾਂ ਮੁੰਡਾ ਸੀ ਅੱਛਾ ਜੀ ਹਾਂਜੀ ਕਮਾਲ ਹੈ ਜੀ ਫਿਰ ਤਾਂ ਸਾਡੇ ਸੰਯੋਗ ਬਾਹਲੇ ਹੀ ਮਿਲਦੇ ਆ ਕੀ ਕਿਹਾ ਨਹੀਂ ਜੀ ਕੁਛ ਨਹੀਂ ਮੈਂ ਤਾਂ ਕਾਟੀ ਬਾਰੇ ਗੱਲ ਕਰਦਾ ਸੀ ਚੰਗਾ ਕਾਟੀ ਓਏ ਕਰ ਕੋਈ ਹਿੱਲਾ ਯਾਰ ਮੇਰਾ ਮੈਨੂੰ ਤਾਂ ਬੜਾ ਸੱਚਾ ਪਿਆਰ ਜਿਹਾ ਹੋਈ ਜਾਂਦਾ ਉਹਦੇ ਨਾਲ ਅੱਛਾ ਮੈਂ ਤਾਂ ਕਰਦਾ ਪਿਚੋਲਗਰੀ ਲਈ ਤਿਆਰ ਹਾਂ ਜੇ ਕਹਿ ਤਾਂ ਕਰਾਂ ਮਿੱਠੂ ਨਾਲ ਗੱਲ ਆ ਕੀ ਹੋ ਗਿਆ ਪੈਂਚਰ ਹੋ ਗਿਆ ਲੱਗਦਾ ਵੀਰੇ ਕੀਚੂ ਜਿਹੜੇ ਹਿਸਾਬ ਨਾਲ ਤੂੰ ਟੂਪ ਰੇਤੀ ਜਾਂਦਾ ਨਾ ਟੂਪ ਦਾ ਕੀ ਚਨਾ ਕਰਦੀ ਵੀਰੇ ਮਨ ਜਾ ਯਾਰ ਲਾ ਦੇ ਪੈਂਚਰ ਇੱਕ ਇੱਕ ਤਾਂ ਦੁਕਾਨ ਹੈ ਪੂਰੇ ਪਿੰਡ 'ਚ ਹੈਂ ਕੀਚੂ ਵੀਰੇ ਡਾਕਟਰਾਂ ਵਾਂਗ ਤੇਰਾ ਫਰਜ਼ ਨਹੀਂ ਬਣਦਾ ਸਾਰੇ ਭੇਦਭਾਵ ਭੁਲਾ ਕੇ ਸਾਰੀ ਦੁਸ਼ਮਣੀ ਭੁਲਾ ਕੇ
अपना फर्ज निभावे ते पेंचर लावे है? है? शुक्र है मन गया। ओ छोटू लिया पाना ते जैक टेंपू पेंचर हो गया। पिंड दियां सवारियां डीकदियां होणगियां टेंपू नू। इको इक तां टेंपू अपने पिंड च। टेंपू वाले बाई भी बेले ही खड़े आ। छेती कर करिए की चा टेंपू दा। ओए ओए किधर जाना तू? की कहंदा सी तू? मिठू नाल गल करनी है। आ देख आ जा गल करी मिठू नाल। लाना मैं फोन मिठू नूं। आ जा आ जा आ जा। आ देख लग गया फोन मिठू नूं। रिंग जा रही है। हेलो मिठू जी। हाँ काटी जी। अच्छा एक गल पूछनी सी थोड़े तो। हाँ जी हाँ जी दो पूछो। आ जेड़ी ओ थोड़ी सहेली नी सूफी ओदे किसी नाल गल बात नहीं? गलबात मतलब? गलबात मतलब जिम्मी अपनी है। अच्छा क्यों तैं की लेना? ले है दस मैं की लेना? मैं तो ही पूछता थी अपना सत्ता बनी जेड़ा। नाले भाई मैं तेरा है ओदा नहीं। हाँ ओनू दसना थी मैं। वैसे एक गल दसा मेरी सहेली दा हाल भी ना तेरे भाई नाल दई होया पया। ले सौं खा। ले सच्ची सौं लगे? की उधर भी आई हाला भाई। ले सौं खा। पार्टी होगी पार्टी। पेंचर लाता टेंपू दा। टेंपू तैयार है। 30 रुपये दे जो। गुस्सा नहीं ते टेंपू ले जो। ना 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 चमी गुस्सा नहीं चमी नहीं। सूफी नाल तेरा पक्का पेंचर लवा ली। इरी बीबे कोल भी जाना पेना समझे? सही है। ਸਸਰੀਕਾਲ ਜੀ। ਸਸਰੀਕਾਲ ਜੀ। ਉਹ ਮੁੰਡੇ ਦਾ ਪਤਾ ਲੱਗ ਗਿਆ ਜਿਹੜਾ ਤੁਹਾਨੂੰ ਫੋਨ ਕਰਤਾ ਸੀ। ਕੌਣ ਸੀ ਉਹ? ਮੈਂ ਹੁਣੀ ਤੁਹਾਡੀ ਗੱਲ ਕਰਾਂ। ਅੱਜ ਤਾਂ ਪ੍ਰਿੰਟ ਬਣੀ ਫਿਰਦੀ ਹੈ। ਆਹ ਸੂਟ 'ਚ ਬਹੁਤ ਸੋਹਣੀ ਲੱਗਦੀ ਹੈ ਤੂੰ। ਲੈ ਫੋਨ ਫੜਾ ਫੋਟੋ ਕਰੀ ਆਪਾਂ। ਹੈਲੋ ਹੈਲੋ ਤੁਸੀਂ? ਹਾਂਜੀ ਮੈਂ ਪਿਆਰ ਕਰਦਾ ਮੈਂ ਸੁਖੀ ਤਾਂ ਐਂ ਕਰ।
ਫਿਕਰ ਨਾ ਕਰੀ ਸੂਫੀ, ਮੈਂ ਤਾਈ ਬਚਨੋ ਨੂੰ ਮਨਾ ਲਿਆ। ਬੇਬੇ ਬਾਪੂ ਨਾਲ ਕੱਲ੍ਹ ਤੇਰੇ ਘਰ ਆ ਰਹੇ ਹਾਂ ਰਿਸ਼ਤਾ ਲੈ ਕੇ। ਛਾਤ ਦੇ ਕੋੜ ਕਿਲੇ ਸ਼ਤੀਰਾਂ ਜੱਫੇ। ਬੇਬੇ, ਬੀਬੀ ਬਚਨੋ ਦੇ ਮੂੰਹ ਚ ਆਈ ਗਏ ਤਾਂ ਕਰਿਓ ਜਾ ਕੇ ਗੱਲ। ਸਾਡਾ ਵੀ ਤਾਂ ਰਿਸ਼ਤਾ ਉਹਨਾਂ ਨੇ ਕਰਾਇਆ ਸੀ। ਨਾਲੇ ਬੀਬੀ, ਟੈਂਪੂ ਚਲਾਉਣ ਵਾਲੇ ਦਾ ਰਿਸ਼ਤਾ ਆਇਆ, ਕਿਹੜਾ ਕਿਸੇ ਡੀਸੀ ਦਾ ਆਇਆ। ਪਰ ਬੀਬੀ, ਸੋਚਣ ਵਾਲੀ ਗੱਲ ਨਹੀਂ ਹੈਗੀ ਵੀ ਸਾਡੀ ਕੁੜੀ ਤਾਂ ਸੋਹਣੀ ਸੁਨੱਖੀ ਆ, ਕਿਸੇ ਚੰਗੇ ਘਰ ਦਾ ਰਿਸ਼ਤਾ ਆਜੂ ਉਹਨੂੰ ਤਾਂ। ਚੁੱਪ ਕਰਨੀ ਤੂੰ, ਆਜੂਗਾ ਚੰਗੇ ਘਰ ਦਾ ਰਿਸ਼ਤਾ। ਇਹਨੂੰ ਵੱਡੇ ਰਕਾਨ ਨਾ, ਚੰਗੇ ਘਰ ਵਾਸਤੇ ਚਾਰ ਛਿੱਲੜ ਚਾਹੀਦੇ ਵੀ ਆ, ਟੈਂਪੂ ਵਾਲਿਆਂ ਦੇ ਨਹੀਂ। ਤੇ ਹੋਰ ਹੁਣ ਡੀਸੀ ਦਾ ਸਾਕ ਆਊਗਾ, ਮਾਰਦੀ ਹੈ ਗੱਲਾਂ। ਜਾ ਕੇ ਤਿਆਰ ਕਰਕੇ ਲਿਆ ਉਹਨੂੰ, ਵੱਢਦੀ ਹੈ ਫਾਹੇ ਦਾ ਮੈਂ। ਚਲ ਚਲੀਏ, ਹੁਣ ਆਪਾਂ ਚਾਹ ਲੈ ਕੇ ਜਾਈਏ। ਵੇਖੋ ਜੀ, ਬੇਸ਼ੱਕ ਮੈਂ ਮਤਰੇਈ ਮਾਂ ਸੂਫੀ ਦੀ, ਪਰ ਮੈਂ ਲਾਡਾ ਨਾ ਪਾਲੀ ਆਪਣੀ ਧੀ। ਆ ਮੇਰਾ ਕਰਮਾ ਪੁੱਤ ਤਾਂ ਡੁਬੜੀ ਨੂੰ ਬਾਹਲਾ ਹੀ ਪਿਆਰ ਕਰਦਾ, ਸਕਿਆ ਤੋਂ ਵੀ ਵੱਧ। ਤੇ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਸਾਨੂੰ ਸਾਊ ਮੁੰਡਾ ਮਿਲ ਜਾਵੇ। ਰੋਟੀ ਦਾ ਕੀ ਆ, ਆਪਣੇ ਖਾਣ ਜੋਗੀ ਤਾਂ ਹਰ ਕੋਈ ਕਮਾ ਹੀ ਲੈਂਦਾ। ਆਜਾ ਆਜਾ ਸੂਫੀ। ਦੇਖੋ ਬੇਨ, ਤੁਹਾਨੂੰ ਤਾਂ ਪਤਾ ਹੀ ਹੈ, ਪਹਿਲਾ ਰਿਸ਼ਤਾ ਵੀ ਮੈਂ ਹੀ ਕਰਾਇਆ। ਆ ਦੇਖ ਲਓ ਨੂੰਹ ਰਾਣੀ, ਤੁਸੀਂ ਬਾਹਲਾ ਸੰਸਾ ਨਾ ਕਰੋ, ਸਾਡੇ ਪਿੰਡ ਦੇ ਮੁੰਡੇ ਤਾਂ ਬਾਹਲਾ ਹੀ ਕਮਾਊ ਆ। ਆ ਹੁਣ ਮੇਰੇ ਘੀਜੂ ਪੁੱਤ ਨੂੰ ਦੇਖ ਲਓ। ਤਾਈ, ਚਾਹ ਚੱਕੋ ਚਾਹ ਪਹਿਲਾਂ। ਤੁਸੀਂ ਕੁੜੀ ਦੀ ਨਾ ਜਮਾ ਹੀ ਫਿਕਰ ਨਾ ਕਰੋ, ਮੁੰਡਾ ਨਾ ਟੈਂਪੂ ਚਲਾਉਂਦਾ, ਟੈਂਪੂ। ਇਹ ਤੁਹਾਡੇ ਵੱਲੋਂ ਹਾਂ ਸਮਝੀਏ? ਹਾਂ ਹਾਂ, ਸਾਡੇ ਵੱਲੋਂ ਹਾਂ। ਆਹੋ ਬੈਂਕ ਠੀਕਰਾ ਹੋ। ਲਓ ਜੀ ਪਹਿਲਾ ਪਚੋਲਨ। ਓ ਸੱਤੇ, ਹੋਰ ਕਿੰਨੀ ਕੁ ਪੀਣੀ ਹੈ ਯਾਰ, ਹੈ? ਚਾਰ ਵੱਜ ਗਏ, ਮੈਂ ਤਾਂ ਰੀਤੀ ਆ ਜਾਂਦੀ ਹੈ। ਕਰਦੀ ਤੈਨੂੰ ਬੁਰਾ ਵੀ ਖੁਸ਼ੀ ਨਹੀਂ ਯਾਰ, ਤੇਰੇ ਬਾਈ ਰੋਮੀਓ ਨੂੰ ਜੂਲੀਅਟ ਬਣ ਗਈ। ਜੂਲੀਅਟ ਕਰੇ, ਤੇਰੇ ਬਾਈ ਨੇ ਜੂਲੀਅਟ ਦੇਖੀ ਤਾਂ ਹੈ ਨੀ, ਪਰ ਜੂਲੀਅਟ ਤੇਰੀ ਭਾਬੀ ਤਾਂ। ਸੱਤੇ ਗੱਲ ਤਾਂ ਸੁਣ ਲਾ, ਗੱਲ ਤੇਰੀ ਬਿਲਕੁਲ ਠੀਕ ਆ, ਪਰ ਸਵੇਰੇ ਤੇਰੇ ਤਾਂ ਮੇਰੀ ਭਰਜਾਈ ਨੂੰ ਸਵੇਰੇ ਸਵੇਰੇ ਛੱਡੂ ਕੌਣ, ਇਹ ਦੱਸ। ਗੱਲ ਤਾਂ ਸਹੀ ਆ ਤੇਰੀ ਯਾਰ, ਆਪਾਂ ਹੁਣ ਕਬੀਲਦਾਰ ਹੋ ਗਏ ਬਈ, ਗੁਰੂ ਜੀ ਬਾਲੀ ਨੀ ਪੀਣੀ ਚਾਹੀਦੀ ਜਦੋਂ ਬੰਦੇ ਦਾ ਟੱਬਰ ਟੀਰ ਦੀ ਜ਼ਿੰਮੇਵਾਰੀ ਜੀ ਭਾਜੀ। ਹੈਂ, ਹਾਂ ਚੱਕ, ਸਹੀ ਗੱਲ ਆ। ਤੈਨੂੰ ਕੀ ਲੱਗਿਆ ਸੀ ਤੂੰ ਬਚ ਜਾਏਂਗੀ? ਜੱਟਾਂ ਦੇ ਹੱਥਾਂ ਚੋਂ ਨਿਕਲ ਜਾਂਦੇ ਆ, ਆ ਫੜ। ਪੂਰਾ
ਪੰਜ ਮਿੱਤਰਾਂ ਨੂੰ ਹਾਂ ਕਰ ਗਈ ਪੰਜ ਬਾਜਦੇ ਰੁਪਈਏ ਸਾਰਾ ਢੋਲ ਚੱਟੀਏ ਉਹ ਦੇਖੀ 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 ਉਹਦੇ ਉਹ ਤੇਰੀ ਭੈਣ ਨੂੰ ਕਈ ਵਾਰ ਮੈਂ ਸੋਚਦਾ ਇਹ ਸਿਗਰਟ ਜਾਂ ਬੀੜੀ ਮੈਨੂੰ ਕੀ ਨੁਕਸਾਨ ਪਹੁੰਚਾਏਗੀ ਕੀ ਇਹ ਸਟ੍ਰੋਕ ਦੀ ਵਜ੍ਹਾ ਬਣੇਗੀ ਤੇ ਮੈਂ ਆਪਣੇ ਪਰਿਵਾਰ ਉੱਤੇ ਬੋਝ ਬਣ ਜਾਵਾਂਗਾ ਕੀ ਇਸ ਨਾਲ ਮੈਨੂੰ ਫੇਫੜਿਆਂ ਦਾ ਕੈਂਸਰ ਹੋ ਜਾਏਗਾ ਕੀ ਇਹ ਮੂੰਹ ਦੇ ਕੈਂਸਰ ਦੀ ਵਜ੍ਹਾ ਬਣੇਗੀ ਜਾਂ ਦਿਲ ਦੀ ਬਿਮਾਰੀ ਦੀ ਜਾਂ ਮੈਨੂੰ ਐਮਫੀਸੀਮਾ ਦੇ ਨੇੜੇ ਲੈ ਜਾਏਗੀ ਅਗਲੀ ਵਾਰ ਸਿਗਰਟ ਜਾਂ ਬੀੜੀ ਦਾ ਪੈਕੇਟ ਕੱਢਦਿਆਂ ਖੁਦ ਤੋਂ ਪੁੱਛੋ ਇਹ ਸਿਗਰਟ ਜਾਂ ਬੀੜੀ ਮੈਨੂੰ ਕੀ ਨੁਕਸਾਨ ਪਹੁੰਚਾਏਗੀ ਤੰਬਾਕੂ ਅੱਜ ਹੀ ਛੱਡੋ ਮਦਦ ਲਈ 1-800-112-356 ਤੇ ਕਾਲ ਕਰੋ ਜਾਂ 011-229-01701 ਤੇ ਮਿਸਡ ਕਾਲ ਦੇਵੋ ਮੈਂ ਕਦੋਂ ਸੋਚਿਆ ਸੀ ਮੇਰੀ ਜ਼ਿੰਦਗੀ ਇੰਜ ਬਦਲ ਜਾਏਗੀ ਸਭ ਕੁਝ ਇੰਨਾ ਚੰਗਾ ਸੀ ਇੱਕ ਚੰਗਾ ਪਤੀ ਦੋ ਪਿਆਰੇ ਬੱਚੇ ਪਰ ਤੰਬਾਕੂ ਨੇ ਸਭ ਕੁਝ ਬਦਲ ਦਿੱਤਾ ਹੁਣ ਇਸ ਫੈਲਦੇ ਹੋਏ ਕੈਂਸਰ ਨੂੰ ਮੇਰੇ ਚਿਹਰੇ ਤੋਂ ਕੱਟਣਾ ਪਏਗਾ ਹੁਣ ਕੁਝ ਵੀ ਪਹਿਲੇ ਵਰਗਾ ਨਹੀਂ ਰਹੇਗਾ ਤੰਬਾਕੂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਖੈਨੀ ਗੁਟਕਾ ਤੰਬਾਕੂ ਜ਼ਰਦਾ ਪਾਨ ਮਸਾਲਾ ਤੁਹਾਡਾ ਜੀਵਨ ਉਜਾੜ ਦਿੰਦੇ ਹਨ ਤੈਨੂੰ ਕਿਹਾ ਸੀ ਦੇਵੀ ਦੇਵਤੇ ਨੂੰ ਨਾ ਲਿਆ ਵਿੱਚ ਤੂੰ ਟਲਿਆ ਨੀ ਨਾ ਗੱਲ ਆ ਬਾਈ ਤੂੰ ਤੂੰ ਟਾਈਟੈਨਿਕ ਭਾਵੇਂ ਡੁਬੋ ਕੇ ਹਟਿਆ ਪਰ ਮੈਂ ਤੇਰੇ ਛੋਟੇ ਵੀਰ ਕਾਟੀ ਨੇ ਪੰਜ ਰਤਨੀ ਡੁੱਬਣ ਨਹੀਂ ਦਿੱਤੀ ਆ ਦੇਖ ਤੈਨੂੰ ਸ਼ਰਮ ਨਹੀਂ ਆਉਂਦੀ ਕੁੱਤਿਆਂ ਵੀ ਸ਼ਰਮ ਮੇਰੇ ਆ ਸਾਲਿਆ ਹੁਣ ਤਾਂ ਟਲ ਜਾ ਪੱਧਰਕਾਰਾ ਕੀਤਾ ਨਾ ਇਹ ਤਾਂ ਤੁਸੀਂ ਸੋਫੀਓ ਕਰ ਸਕਦੇ ਸੀ ਔਰ ਤੁਸੀਂ ਇੱਕ ਵਾਰ ਬਾਹਰ ਤਾਂ ਹੋਵੇ ਤੇਰਾ ਪਿਓ ਤਾਂ ਕੋਡਾ ਰਾਕਸ ਬਣਿਆ ਖੜਾ ਨਾ ਬਾਪੂ ਜੀ ਨਾ ਗੁੱਸਾ ਨਾ ਕਰਿਓ ਗਊ ਮਾਤਾ ਮੂਹਰੇ ਆ ਗਈ ਸੀ ਮਿੰਦਰ ਜੀ ਤੇ ਚੜ ਗਿਆ ਹਾਂ ਹਾਂ ਤਾਇਆ ਜੀ ਗਊ ਮਾਤਾ ਨੂੰ ਬਚਾਉਂਦੇ ਬਚਾਉਂਦੇ ਬਸ ਕਰ ਮੇਲਾ ਸਿਆ ਸੱਟ ਪੇਟ ਤੋਂ ਬਚ ਗਏ ਮੁੰਡੇ ਕਿਉਂ ਗਰਮ ਹੋ ਗਿਆ ਨਾ ਤੁਹਾਡੀ ਅੰਮਾ ਓਏ ਕੀ ਕਰਦਾ ਸੱਤੇ ਦੇ ਬਾਪੂ ਉਹ ਤਾਂ ਨਿਆਣੇ ਨੇ ਤੂੰ ਤਾਂ ਸਿਆਣਾ ਬਿਆਣਾ ਹੈ ਕਰ ਤੂੰ ਹੀ ਸਿਰ ਚੜਾਇਆ ਹੈ ਭਾਈ ਮੁੰਡਾ ਤਾਂ ਸਾਡਾ ਬਾਈ ਲੁੱਟਰ ਹੈ ਹੈ ਮੇਲਾ ਸਿਆ ਹੁਣ ਆ ਕੀ ਦੇਖੀ ਜਾਣਾ ਨਾ ਲੜੋ ਇਹਨੂੰ ਬਾਹਰ ਤਾਂ ਕੱਢੋ ਉਹ ਮੈਂ ਤਾਂ ਆਪ ਕਹਿਣਾ ਇੱਕ ਵਾਰ ਬਾਹਰ ਤਾਂ ਹੁਣ ਉਹ ਕੋਈ ਨਹੀਂ ਕੋਈ ਨਹੀਂ ਬੱਲੇ 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 ਮੈਂ ਲਾ ਲਿਆ ਹਿਸਾਬ ਬਈ ਜਿਹੜੇ ਹਿਸਾਬ ਨਾਲ ਇਹ ਟੈਂਪੂ ਡੁੱਬਿਆ ਇਹਦੇ ਤਿੰਨੋਂ ਟਾਇਰ ਪੰਚਰ ਹੋਣਗੇ ਲੈ ਤੇ 30 ਰੁਪਏ ਦੇ ਹਿਸਾਬ ਨਾਲ 90 ਰੁਪਏ ਬੇਬੇ ਤੇਰੇ ਕੀਚੂ ਦੇ ਪੱਕੇ ਆ ਓਏ ਤੂੰ ਦੂਰੀ ਬਣਾ ਲਾ ਕੀਚੂ ਓਏ ਮੈਥੋਂ ਦੂਰੀ ਓ ਜਿਹੜਾ ਕੇਸਲਾ ਉਹਨਾਂ ਤੇ ਫਿਰਨਾ ਕੀਤਾ ਤੇਰੇ ਤੇ ਨਾ ਫਿਰ ਜਾਏ ਚੁੱਪ ਕਰ ਜਾ ਓਏ ਕਦੇ ਚਾਜੀ ਗੱਲ ਨਹੀਂ ਕੀਤੀ ਇਹਨੇ ਸਾਲਾ ਪੈਂਚਰਾਂ ਦਾ ਹੋਇਆ ਹੈ ਇਹਨੂੰ ਬਾਹਰ ਵੀ ਕੱਢੋ ਹੁਣ ਕਰਦੇ ਆ ਭਾਈ ਕਰਦੇ ਆ ਮੈਂ ਭਾਈ ਕੋ ਹੀਲਾ ਕਰਾਂ ਉਹ ਹੁਣ ਤੂੰ ਚੁੱਪ ਕਰੇਂਗੇ ਤਾਂ ਹੀਲਾ ਕਰੇਂਗੇ ਬਸ ਕਰ ਉਹ ਲਿਆ ਮੁੰਡਿਓ ਇਹਨਾਂ ਨੂੰ ਬਾਹਰ ਕੱਢੀਏ ਕਾਟੀ ਬੁੜਾ ਕੇਸ ਲਾ ਫਿਰ ਕਾਟੀ
हाँ कहीं लेके आ आया आजा आले ओ की हो आगी आगी है कुछ मोटा ही लगता खिचन कट खिच ओए इधर आओ ओए खिचो चल चल चलो चलो अगले पासे पा हाथ शाबाश शाबाश चक्को चक्को खिचो लाओ जोर देख के देख के चलो थल्ले देख के और आएगा चप 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 पारा 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 जोर ला के खोलन पता नहीं कि कि बक्सा जाए है की हुए जिंदा लगया होया पासे हट छत कहीं ना दौड़ राम 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 आता लक्ष्मी दी कृपा होगी पहले लक्ष्मी दी सोना निकला भाई सोना सोना ओए बेबे कितना सोना आ चक बेबे राम 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 मैं तक कहना जजमानो गल सुनो मेरी लक्ष्मी माँ की बहुत कृपा है पिंड ते सारा सोना ना लक्ष्मी माँ की कृपा नाल आया ते दा मुक्त बना के ना माता नूं भेट कीता जावे कमाल कर दो पंडित जी गुरुद्वारे ने कंधा भी डिगण वाली होई पियां ये पैसा उत्थे लाया जावे नाले लंगर च भी चिप्स लग जू देखो भाई आपके पास तो अल्लाह की इबादत करने के लिए जगह है पर गांव में मस्जिद की तो दीवार भी नहीं है मैं तो कहता हूँ सबसे पहले गांव में मस्जिद बननी चाहिए ओ भाई मैं ता कहना आ सोना बेच के पिंड दे सिव्या ते लाऊं पैसे ओ बड़ा मंदा हाल होया पया सिव्या दा ता ला लो पिंड दी सलाह ओ मुर्दे ने उथे दरिया बिछोणियां ने तू भी हद करदा यार चाचा सरपंचा तू पहले इना दा टेंपू जा ठीक करा दे नहीं मेरे आला शोर जा ता मर जूगा मेथों हां हां ताया जी बिल्कुल ठीक कहंदे ने तू चुप कर साला चक्की रोना जना होवे ता तुसी राम राम नी गल कर सकदे ਉਹ ਜੇ ਸਰਕਾਰ ਨੂੰ ਪਤਾ ਲੱਗ ਗਿਆ ਸਾਰਾ ਸੋਨਾ ਲੈ ਜਾਊਗੀ ਸੋਚੋ ਹੁਣ ਦਿਮਾਗ ਨਾਲ ਕਰਨਾ ਕੀ ਹੈ ਅੱਛਾ ਸੱਤੇ ਤੂੰ ਦੱਸ ਬਈ ਇਹ ਸੋਨਾ ਕਿੱਥੇ ਲੱਗਣਾ ਚਾਹੀਦਾ ਤੇਰਾ ਟਟਾਈ ਨੇ ਕੁੱਥੇ ਡੁੱਬਿਆ ਸੀ ਤਾਂ ਹੀ ਸਾਨੂੰ ਸੋਨਾ ਮਿਲਿਆ ਨਾਲੇ ਤੂੰ ਪੜ੍ਹਿਆ ਲਿਖਿਆ ਵੀ ਹੈ ਤਾਇਆ ਮੇਰਾ ਨਾ ਵਿਆਹ ਹੋਣ ਵਾਲਾ ਗਾ ਸਾਡੀਆਂ ਦਾ ਛੱਤਾਂ ਵੀ ਚੂਈ ਜਾਂਦੀਆਂ ਸਾਡੇ ਘਰ ਤੇ ਲਾ ਦਿਓ ਮੇਰੇ ਘਰ ਤੇ ਲਾ ਦਿਓ ਹੈ ਬੜਾ ਲਾਲਚੀ ਹੈ ਭਾਈ ਤੁਹਾਡਾ ਮੁੰਡਾ ਤਾਂ ਸਾਰੇ ਪਿੰਡ ਬਾਰੇ ਹੀ ਸੋਚ ਲੈਂਦਾ ਉਹ ਤਾਈ ਐਵੇਂ ਨਾਲ ਲਾਂਗੜ ਕੱਢ ਲਿਆ ਕਰ ਮੇਰੇ ਤੇ ਮਖੌਲ ਕਰਦਾ ਸੀ ਮੈਂ ਤਾਂ ਤਾਇਆ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਇਹ ਪੈਸੇ ਨਾਲ ਪਿੰਡ 'ਚ ਇੱਕ ਵੱਡਾ ਗਰਾਊਂਡ ਅਤੇ ਜਿੰਮ ਖੁੱਲ੍ਹਿਆ ਜਾਵੇ ਜੇ ਹੋ ਸਕੇ ਪਿੰਡ 'ਚ ਇੱਕ ਡਿਸਪੈਂਸਰੀ ਅਤੇ ਲਾਇਬ੍ਰੇਰੀ ਖੁੱਲ੍ਹੀ ਜਾਵੇ ਅਤੇ ਪਿੰਡ ਦੇ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇ ਤਾਂ ਕਿ ਕੁੜੀਆਂ ਨੂੰ ਉਚੇਰੀ ਪੜ੍ਹਾਈ ਲਈ ਦੂਰ ਨਾ ਜਾਣਾ ਪਵੇ ਲਓ ਵੀ ਮੈਂ ਤਾਂ ਸੱਤੇ ਦੀ ਸਲਾਹ ਨਾਲ ਬਿਲਕੁਲ ਸਹਿਮਤ ਹਾਂ ਬਸ ਫਿਰ ਹੋ ਗਿਆ ਫੈਸਲਾ ਹੁਣ ਪੰਚਾਇਤ ਘਰ 'ਚ ਸੋਨਾ ਰੱਖਿਆ ਜਾਊਗਾ ਅਤੇ ਚਾਰ ਚਾਰ ਬੰਦੇ ਇੱਥੇ ਪਹਿਰਾ ਦੇਣਗੇ ਅੱਗੇ ਆਪਾਂ ਨੇ ਇਸ ਸੋਨੇ ਦਾ ਕੀ ਕਰਨਾ ਹੈ ਉਹ ਅਗਲੀ ਪੰਚਾਇਤ 'ਚ ਫੈਸਲਾ ਲਵਾਂਗੇ ਆ ਤਾਂ ਹੋਈ ਗੱਲ ਨਾ ਤੈਨੂੰ ਕੀ ਹੋਇਆ ਤੂੰ ਢਿੱਲਾ ਜਿਹਾ ਮੂੰਹ ਕਰਕੇ ਬੈਠਾ ਕੀ ਗੱਲ ਬੋਲ ਕੁਛ ਕਹਾਂ ਤਾਂ ਕੀ ਕਹਾਂ ਬੀਬੀ ਮੰਨਿਆ ਸੂਫੀ ਮੇਰੀ ਸਕੀ ਭੈਣ ਨਹੀਂ ਹੈਗੀ ਨਾ ਹੀ ਤੇਰੇ ਢਿੱਡੋਂ ਜਾਈ ਹੈ ਪਰ ਸ਼ਰੀਕਾ ਕਬੀਲੇ ਦਾ ਖਿਆਲ ਤਾਂ ਕਰਨਾ ਹੀ ਆ ਨਾ ਆਪਾਂ ਕਿਹਨੇ ਜੇ ਕਿਉਂ ਪਾਈ ਜਾਂਦਾ ਸਾਫ਼ ਸਾਫ਼ ਦੱਸ ਗੱਲ ਕੀ ਹੋਈ ਦੇਖ ਅੱਜ ਤੋਂ ਸੱਤੇ ਨਾਲ ਇਹਦੀ ਮੰਗਣੀ ਹੋਈ ਮੈਂ ਬੋਲਿਆ ਕੁਛ ਨਹੀਂ ਨਹੀਂ ਬੋਲਿਆ ਨਾ ਨਹੀਂ ਬੋਲਿਆ ਮੈਨੂੰ ਆਇਆ ਸੀ ਉਹਦੇ ਕੋਲ ਇੱਕ ਆਮਦਨ ਦਾ ਸਾਧਨ ਹੈਗਾ ਪਰ ਇੱਕ ਹੈਗਾ ਸੀ ਸਾਲੇ ਨੇ ਉਹ ਵੀ ਡੋਬਤਾ ਡੋਬਿਆ ਪਤਾ ਕਿਵੇਂ ਆ ਦਾਰੂ ਪੀ ਕੇ ਮੈਂ ਨਹੀਂ ਛੱਟਣੀ ਆਪਣੀ ਭੈਣ ਨੇਰੇ 'ਚ ਵੀ ਚੁੱਪ ਕਰ ਤੈਨੂੰ ਬਾਲਾ ਮੂੰਹ ਦਾ
ਇਹਤਾਂ ਲੇਖ ਵਿਓ ਮਾਤਾ ਨੇ ਉੱਤੋਂ ਲਿਖ ਕੇ ਭੇਜੇ ਨੇ ਹਰ ਕਿਸੇ ਦੇ ਆਪਣੇ ਆਪਣੇ ਨੇ ਪਰ ਲੋਕਾਂ ਨੂੰ ਵੀ ਜਵਾਬ ਦੇਵਾਂਗੇ ਤੂੰ ਦਫਾ ਕਰ ਲੋਕਾਂ ਨੂੰ ਬੱਚਾ ਲੋਕਾਂ ਦਾ ਫਿਰ ਬੀਬੀ ਸਹੀ ਤਾਂ ਕਹਿੰਦੀ ਹੈ ਮੇਰੇ ਲੇਖਾਂ ਵਿੱਚੋਂ ਪਰਮਾਤਮਾ ਨੇ ਲਿਖਤਾ ਮੈਨੂੰ ਉਹੀ ਤਾਂ ਮਿਲਣਾ ਨਾਲੇ ਮੈਂ ਜਿਸ ਦੀ ਮੁੰਦਰੀ ਪਾ ਲਈ ਹੈ ਹੁਣ ਉਹੀ ਮੇਰਾ ਲੇਖ ਨਸੀਬ ਮੁਕੱਦਰ ਮੇਰਾ ਸਭ ਕੁਛ ਹੈ ਤੂੰ ਚੁੱਪ ਕਰ ਜਾ ਕੁੜੀਏ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਮੈਨੂੰ ਹੁਣ ਤੱਕ ਘਰੇ ਘੁੱਗੂ ਬਣ ਕੇ ਬੈਠਾ ਰਿਹਾ ਮੈਂ ਨਹੀਂ ਹੋਣ ਦੇਣਾ ਇਹ ਨਾਲੇ ਲਓ ਸਰੰਜ ਨੂੰ ਸੁਨੇਹਾ ਭੇਜ ਦਿਓ ਸਾਡੀ ਮੁੰਦੀ ਮੋੜ ਜੇ ਤੇ ਆਪਣੀ ਲੈ ਜੇ ਹੈ ਕਮਲਨ ਹੋਵੇ ਨਾਲੇ ਖਿਆਲ ਰੱਖ ਗੱਲ ਨਹੀਂ ਕਰਨੀ ਉਹਦੇ ਨਾਲ ਹੁਣ ਨਾ ਮੇਰੀ ਗੱਲ ਸੁਣ ਚੱਡੂਆ ਇਹ ਮੁੰਦਰੀਆਂ ਮੋੜ ਨਾਲ ਰਿਸ਼ਤੇ ਟੁੱਟਦੇ ਨੇ ਅੱਗੇ ਆਪਣੀ ਮੁੰਦਰੀ ਲੈ ਜਾਓ ਤੇ ਸਾਡੀ ਦੇ ਜਾਓ ਕਮਲਾ ਕਿਸੇ ਥਾਂ ਦਾ ਨਾ ਹੋਵੇ ਤਾਂ ਸਰਪੰਚ ਸਾਹਿਬ ਕਿਉਂ ਲਈ ਜਾਂਦੇ ਹੋ ਸੁਣਿਆ ਪਿੰਡ ਤੇ ਲਕਸ਼ਮੀ ਬਾਈ ਦੀ ਬਹੁਤ ਕਿਰਪਾ ਹੋਈ ਹੈ ਸਾਨੂੰ ਵੀ ਕਰਾ ਦਿਓ ਕਬੀਰ ਜੀ ਦੇ ਦਰਸ਼ਨ ਇਹਨੂੰ ਸਾਂਝ ਜੀ ਨੂੰ ਕਿਵੇਂ ਸੂ ਲੱਗੀ ਨਾਲੇ ਤਾਇਆ ਇਹਨਾਂ ਨੂੰ ਕਹਿਆ ਕਿ ਮੈਂ ਦਰਸ਼ਨ ਕਰਾ ਦਈਏ ਆਪ ਤਾਂ ਵੋਟਾਂ ਤੋਂ ਬਾਅਦ ਹੁਣ ਜਾ ਕੇ ਮੂੰਹ ਦਿਖਾਇਆ ਐਮਐਲਏ ਸਾਹਿਬ ਇਹ ਸਾਡੇ ਪਿੰਡ ਦਾ ਖਜ਼ਾਨਾ ਹੈ ਤੇ ਇਹ ਪਿੰਡ ਤੇ ਹੀ ਲੱਗੂਗਾ ਸਰਪੰਚ ਸਾਹਿਬ ਐ ਕਿਵੇਂ ਲੱਗ ਜੂ ਪਿੰਡ ਤੇ ਸਰਪੰਚ ਸਾਹਿਬ ਕਾਨੂੰਨ ਸਰਕਾਰ ਪ੍ਰਸ਼ਾਸਨ ਵੀ ਕੋਈ ਚੀਜ਼ ਹੁੰਦੀ ਹੈ ਨਾਲੇ ਅਸੀਂ ਵੀ ਤਾਂ ਪਿੰਡ ਦੇ ਕੁਛ ਲੱਗਦੇ ਹਾਂ ਹਾਂ ਇਹ ਤਾਂ ਪਿੰਡ ਦਾ ਮਾਮਾ ਲੱਗਦਾ ਗੱਲ ਸੁਣ ਕਾਕਾ ਹੁਣ ਤੱਕ ਤਾਂ ਬੋਲਦਾ ਸੀ ਮੈਂ ਭਾਈਬੰਦੀ ਦੀ ਭਾਸ਼ਾ ਹੁਣ ਮੈਂ ਕਾਨੂੰਨ ਦੀ ਭਾਸ਼ਾ ਬੋਲਦਾ ਧਰਤੀ ਚੋਂ ਨਿਕਲਿਆ ਹੋਇਆ ਕੋਈ ਵੀ ਖਜ਼ਾਨਾ ਸਰਕਾਰੀ ਹੁੰਦਾ ਤੇ ਸਰਕਾਰ ਕੋਲ ਹੀ ਜਾਓ ਐਮਐਲਏ ਸਾਹਿਬ ਮੇਰੀ ਗੱਲ ਸਰਪੰਚ ਸਾਹਿਬ ਕਾਨੂੰਨ ਇਹੀ ਹੈ ਪੀਏ ਸਾਹਿਬ ਬੰਦਿਆਂ ਨੂੰ ਬੁਲਾਓ ਤੇ ਕੁਬੇਰ ਜੀ ਨੂੰ ਸਰਕਾਰ ਦੇ ਦਫ਼ਤਰ ਲੈ ਜਾਓ ਲੰਡੂ ਪਿੰਡ ਨਾ ਸੱਤੇ ਦਾ ਜਾਣੀ ਤੁਹਾਨੂੰ ਪਤਾ ਨਹੀਂ ਨਿਆਣੇ ਤੁਸੀਂ ਕਾਨੂੰਨ ਨੂੰ ਆਪਦੇ ਹੱਥ 'ਚ ਲੈ ਕੇ ਕਿੱਡੀ ਵੱਡੀ ਗਲਤੀ ਕਰਦੇ ਹੋ ਇਲਮ ਨਹੀਂ ਤੁਹਾਨੂੰ ਹਜੇ ਤਾਂ ਕਾਨੂੰਨ ਨੇ ਹੱਥ 'ਚ ਲਿਆ ਤੂੰ ਆਪਣੀ ਧੌਣ ਬਚਾ ਲੈ ਨਹੀਂ ਤਾਂ ਪੱਕਾ ਪੈਂਚਰ ਲਾ ਕੇ ਘਰ ਨੂੰ ਤੋੜੂ ਨਾਲੇ ਜਿਹੜੇ ਪੈਸੇ ਤੂੰ ਖਾਣੇ ਸੀ ਨਾ ਉਹ ਖਾ ਲੈ ਬੜਾ ਖਾਣ ਨਾਲ ਨਾ ਤੇਰਾ ਮੈਦਾ ਖਰਾਬ ਹੋ ਜੂ ਸਰਪੰਚ ਸਾਹਿਬ ਮੁੰਡਿਆਂ ਨੂੰ ਸਮਝਾਓ ਕਾਨੂੰਨ ਨੂੰ ਆਪਦੇ ਹੱਥ 'ਚ ਲੈ ਕੇ ਕੋਈ ਬਹੁਤਾ ਵਧੀਆ ਕੰਮ ਨਹੀਂ ਕਰ ਰਹੇ ਐਮਐਲਏ ਸਾਹਿਬ ਜਵਾਕ ਹੁਣ ਵੱਡੇ ਹੋ ਗਏ ਤੇ ਸਿਆਣੇ ਵੀ ਨਾਲੇ ਜਿਹੜੇ ਮੁਲਕ ਦੀ ਜਵਾਨੀ ਬਗਾਵਤ 'ਤੇ ਆ ਜਾਏ ਨਾ ਉਹ ਤੁਹਾਨੂੰ ਡਰੀਦਾ ਹੁੰਦਾ ਚਲੋ ਮਰਜ਼ੀਆਂ ਮਰਜ਼ੀਆਂ ਪਗਾਉਂਦੇ ਨੇ ਪਰ ਸਰਪੰਚ ਸਾਹਿਬ ਸਮਝਾਓ ਇਹਨਾਂ ਨੂੰ ਮਰਜ਼ੀਆਂ ਨਾ ਕਈ ਵਾਰ ਮਹਿੰਗੀਆਂ ਪੈ ਜਾਂਦੀਆਂ ਨੇ ਚਲੋ ਚਲਿਆ ਜਾਂਦਾ ਮੈਂ ਦੇਖਿਆ ਮੈਂ ਆਂਦੀ ਸੀ ਨਾ ਵੀ ਸਾਡੇ ਪਿੰਡ ਦੇ ਮੁੰਡੇ ਲੋੜਿਆਂ ਦੇ ਸਿਆਣੇ ਆ ਹੁਣ ਆ ਸਾਡੇ ਘੀਚ ਨੂੰ ਹੀ ਲਾ ਲਓ ਪੈਂਚਰ ਲਾਉਂਦਾ ਹੈ ਤੇ ਆਥਣ ਨੂੰ ਬਸ ਠੀਕ ਹੈ ਕਾਟੀ ਗੱਲ ਸੁਣ ਮੇਰੀ ਯਾਰ ਕਾਟੀ ਫੋਨ ਨਹੀਂ ਲੱਗਦਾ ਤੇਰੀ ਭਾਬੀ ਦਾ ਫਿਕਰ ਕਰਦੀ ਹੋਣੀ ਹੈ ਇੱਕ ਤਾਂ ਹੈ ਗਊ ਵਰਗੀ ਚੱਲ ਕੇ ਆਈਏ ਮਾੜਾ ਜਾ ਚੱਲ ਚੱਲ ਨੀ ਇੰਨਾ ਗੁੱਸਾ ਨਾ ਕਰ ਕਿਉਂ ਲਾਲ ਪੀਲੀ ਹੋਈ ਜਾਂਦੀ ਆ ਖਬਰੇ ਨਾ ਪੀਤੀ ਹੋਵੇ ਇਹਨਾਂ ਦੋਵਾਂ ਦੇ ਨਾ 5 ਵਜੇ ਨੂੰ ਪੀ ਕੇ ਪੂਰਾ ਢੋਲ ਚੱਟੀਏ ਵਾਲੀ ਫੀਲਿੰਗ ਪੱਕਾ ਪੀਤੀ ਹੋਣੀ ਹੈ ਨਾਲੇ ਡਬੋਤੀ ਕਿਸਮਤ ਮੇਰੀ ਟੋਬੇ 'ਚ ਉਹ ਚੱਲ ਕੋਈ ਨੀ ਇੰਨੀ ਅੱਗ ਵਰੋਲਾ ਨਾ ਹੋ ਜਿਵੇਂ ਉਹ ਮੂਹਰੇ ਹੀ ਬੈਠਾ ਬੰਦੇ ਦੀ ਮਾਂ ਤੇ ਜਨਾਨੀ ਨਾ ਦੋਵੇਂ ਇੱਕ ਬਰਾਬਰ ਹੁੰਦੀਆਂ ਨੇ ਇਹਨਾਂ ਨੂੰ ਪਤਾ ਹੁੰਦਾ ਆਪਣੀ ਜੜੀ ਦਾ ਕੀ ਕਰ ਸਕਦੀਆਂ ਤੇ ਕੀ ਨਹੀਂ ਕਰ ਸਕਦੀਆਂ ਨਾਲੇ ਵੇਖ ਲਈ ਪੱਕਾ ਆਊਗਾ ਚੱਲ ਠੰਡੀ ਰਹਿ ਬਸ ਵੱਡਾ ਸ਼ਾਹਰੁਖ ਖਾਨ ਦਬੋਤੀ ਨਾ ਕਿਸਮਤ ਮੇਰੀ ਟੋਬੇ 'ਚ ਸ਼ਰਮ ਤਾਂ ਨਹੀਂ ਆਉਂਦੀ ਕਿਵੇਂ ਰੋਮਾਂਸ ਕਰ ਕਰ ਦਿਖਾਉਂਦਾ ਹੈ ਖੜ ਜਾ ਤੂੰ ਭਜਲਾ ਓਏ ਤੂੰ ਗੱਲ ਸੁਣ ਸੋਫੀ ਸੋ ਹਟ ਜਾ ਮਿੱਠੋ ਕੀ ਕਹਿੰਦਾ ਸੀ ਤੂੰ ਹੈ ਦੋ ਵਾਰ ਕੀ ਹੈ ਫਿਕਰ ਕਰਦੀ ਹੋਣੀ ਆ ਆ ਦੇਖ ਡੰਡਾ ਚੱਕੀ ਫਿਰਦੀ ਆ ਤੈਨੂੰ ਸ਼ਰਮ ਨਹੀਂ ਆਈ ਤੂੰ ਸੱਚੇ ਟਾਟਾ ਨਹੀਂ ਸਮਝ ਕੇ ਦਬੋਤਾ ਟਾਟਾ ਗੱਲ ਸੁਣ ਹਟ ਜਾ ਯਾਰ ਸੋਫੀ ਸੋਫੀ ਤੂੰ ਉਹ ਟਾਟਾ ਨੇ ਕਿਵੇਂ ਡੁੱਬਿਆ ਸੀਗਾ ਬਰਫ ਵਾਲੇ ਪਹਾੜ 'ਚ ਬੱਚੇ ਨੂੰ ਬਚਾਉਂਦਾ ਬਚਾਉਂਦਾ ਡੁੱਬ ਗਿਆ ਹੋਣਾ ਕਿਉਂ ਅੱਛਾ ਕਾਟੀ ਆਪਣੇ ਵਾਲਾ ਤਾਂ ਆਪਣੇ ਵਾਲਾ ਤਾਂ ਗਊ ਮਾਤਾ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਿਆ ਯਾਰ ਤੂੰ ਇੱਧਰ ਆ ਮੈਂ ਕਹਿੰਦੀ ਆ ਉਰੇ ਆ
ਇੱਧਰ ਆ ਐ ਕਮਿਆ ਮੈਂ ਨਹੀਂ ਆਉਂਦਾ ਨਾਲੇ ਡੰਡਾ ਸੁੱਟ ਦੇ ਪਹਿਲਾਂ ਸੂਫੀ ਕਿਉਂ ਚਲੂਸ ਕਰ ਗਈ ਯਾਰ ਕਾਹਨੂੰ ਗੁੱਸਾ ਕਰ ਗਈ ਮੇਰੀ ਗੱਲ ਸੁਣ ਗੁੱਸਾ ਥੁੱਕ ਦੇ ਨਾਲੇ ਡੰਡਾ ਸੁੱਟ ਦੇ ਆਪਣੇ ਤਾਂ ਪਹਿਲੇ ਦਿਨ ਮਾੜੇ ਚੱਲੀ ਜਾਂਦੇ ਯਾਰ ਭਾਬੀ ਭਾਬੀ ਸੁੱਟ ਦੇ ਡੰਡਾ ਸੁੱਟ ਦੇ ਨਾ ਨਾਲੇ ਨਾਲੇ ਉਹ ਕੀ ਕਹਿੰਦੇ ਹੁੰਦੇ ਨੇ ਸਿਆਣੇ ਕਹਿੰਦੇ ਨੇ ਵੀ ਲਿਖੀਆਂ ਲੇਖਦੀਆਂ ਤੂੰ ਚੁੱਪ ਕਰ ਵੇ ਚੱਕੀ ਰੋਣਾ ਜਾ ਨਹੀਂ 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 ਕਾਟੀ ਕਹਾਵਤ ਐ ਨਹੀਂ ਹੈਗੀ ਇਹ ਕਹਾਵਤ ਹੈ ਲਿਖੀਆਂ ਲੇਖਦੀਆਂ ਭੋਗ ਮਨਾ ਚਿੱਤ ਲਾ ਕੇ ਸਮਾਦ ਕਰ ਮੇਰੇ ਵਾਲੇ ਦੀ ਮੋਰਿਆ ਸੀ ਉਫੀ ਤੇਰਾ ਦਿਮਾਗ ਖਰਾਬ ਹੋ ਗਿਆ ਜਿਹਦਾ ਵਿਚਾਰੇ ਦਾ ਡੇਲਾ ਨਿਕਲ ਜਾਂਦਾ ਫੇਰ ਮਾਰੇ ਤਾਂ ਮੈਂ ਤੇਰੇ ਸੀ ਗਈ ਉਹਦੇ ਵੱਲ ਨੂੰ ਤੂੰ ਚੁੱਪ ਕਰ ਜਾ ਮਿੱਠੋ ਭੋਗ ਲੈ ਹੈ ਨਾਲੇ ਚੰਗੀ ਤਰ੍ਹਾਂ ਭੋਗੀ ਸੂਫੀ ਲੈ ਲਾ ਭੋਗ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਉਹ ਬਸ ਕਰ ਹੁਣ ਦੇਖ ਤੂੰ ਮੇਰੀ ਗੱਲ ਸੁਣ ਦੇਖ ਆਪਾਂ ਸ਼ਹਿਰ ਚੱਲਦੇ ਆ ਤੈਨੂੰ ਬੱਤਾ ਪਿਆਉਣਾ ਠੰਡੇ ਦਿਮਾਗ ਨਾਲ ਬੈਠ ਕੇ ਆਪਾਂ ਗੱਲ ਕਰਦੇ ਆ ਠੀਕ ਹੈ ਰਹਿਣ ਦੇ ਬਸ ਸੂਫੀ ਪਲੀਜ਼ 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 ਤੂੰ ਚੁੱਪ ਕਰ ਹੁਣ ਚੱਲ ਹੁਣ ਜਾ ਪਰ ਵੀਰੇ ਹੈਪੀ ਮੈਰਿਡ ਲਾਈਫ ਮਨਾਲਾ ਯਾਰ ਮੇਰਾ ਘਰ ਟੁੱਟ ਜੂ ਵੀਰ ਬਣ ਕੇ ਮਨਾਲਾ ਯਾਰ ਵੀਰ ਬਣ ਕੇ ਪਲੀਜ਼ ਯਾਰ ਐਕਸਕਿਊਜ਼ ਮੀ ਚਾਹ ਲੈ ਕੇ ਆਇਓ ਤੁਸੀਂ ਦੋਵੇਂ ਕੀ ਪੀਓਗੇ ਚਾਹ ਹੀ ਪੀ ਲਾਂਗੇ ਨਾ ਨਾ ਦਾਰੂ ਪੀ ਲੈ ਪੀਣੀ ਹੈ ਡੱਡੂ ਜਿਹਾ ਮੈਂ ਮੰਨਦਾ ਸਾਡੇ ਤੋਂ ਗਲਤੀ ਹੋਈ ਪਰ ਕਿੱਡਾ ਵੱਡਾ ਖਜ਼ਾਨਾ ਵੀ ਤਾਂ ਲੱਭਿਆ ਜੇ ਪਿੰਡ ਦਾ ਕੁਛ ਹੋਊਗਾ ਤਾਂ ਸਾਡਾ ਵੀ ਤਾਂ ਭਲਾ ਹੋਊਗਾ ਹੁਣ ਨਹੀਂ ਪੀਂਦਾ ਮਾਫ਼ ਕਰ ਦੇ ਪਲੀਜ਼ ਸੱਤੇ ਤੈਨੂੰ ਅੰਦਾਜ਼ਾ ਵੀ ਹੈ ਤੇਰੇ ਨਾਲ ਮੰਗਣੀ ਕਰਵਾਉਣ ਲਈ ਮੈਂ ਭਾਬੀ ਮਿੱਠੋ ਨੇ ਕੀ ਪਾਪੜ ਵੇਲੇ ਨੇ ਤੂੰ ਕਿੰਨੀ ਆਸਾਨੀ ਨਾਲ ਕਹਿ ਤਾਂ ਮਾਫ਼ ਕਰ ਦਿਓ ਕੁਛ ਗਲਤੀਆਂ ਨਾ ਕਦੇ ਠੀਕ ਨਹੀਂ ਹੋ ਸਕਦੀਆਂ ਸੱਤੇ ਤੈਨੂੰ ਪਤਾ ਆਪਣੇ ਭਰਾ ਦੀਆਂ ਅੱਖਾਂ 'ਚ ਮੈਂ ਪਹਿਲੀ ਵਾਰ ਆਪਣੇ ਲਈ ਇੰਨੀ ਫਿਕਰ ਅਤੇ ਮੋਹ ਵੇਖਿਆ ਹੁਣ ਮੈਂ ਉਹਨਾਂ ਦੀ ਖਿਲਾਫਤ ਨਹੀਂ ਕਰ ਸਕਦੀ ਮੈਨੂੰ ਨਹੀਂ ਪਤਾ ਹੁਣ ਕੀ ਹੋਣਾ ਕੀ ਨਹੀਂ ਮੇਰੇ ਘਰਦਿਆਂ ਵੱਲੋਂ ਹੁਣ ਸਾਫ਼ ਜਵਾਬ ਹੈ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਆਪ ਹੀ ਸਭ ਕੁਛ ਠੀਕ ਕਰ ਚੱਲ ਮਿੱਠੋ ਸਰ ਅਸੀਂ ਸੁਣਿਆ ਕਿ ਜਲੂਰ ਪਿੰਡ ਦੇ ਛੱਪੜ ਵਿੱਚੋਂ ਸੋਨਾ ਮਿਲੇ ਤੇ ਪਿੰਡ ਦੀ ਪੰਚਾਇਤ ਤੇ ਲੋਕਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਤੁਹਾਡਾ ਇਸ ਬਾਰੇ ਕੀ ਕਹਿਣਾ ਲੱਗਿਆ ਜੀ ਮੈਨੂੰ ਵੀ ਪਤਾ ਔਰ ਫਿਰ ਮੈਂ ਪਿੰਡ ਦਾ ਦੌਰਾ ਕੀਤਾ ਪਰ ਉੱਥੇ ਨਾ ਕੁਛ ਮਸਟੰਡਾ ਟਾਈਪ ਮੁੰਡੇ ਨੇ ਜਿਹੜੇ ਸਰਕਾਰ ਨਾਲ ਕੋਪਰੇਟ ਨਹੀਂ ਕਰ ਰਹੇ ਸਾਡੀ ਸਰਕਾਰ ਤਾਂ ਦੇਖ ਲਓ ਸ਼ੁਰੂ ਤੋਂ ਹੀ ਲੋਕ ਖੇਤਾਂ ਦੇ ਕੰਮ ਕਰਦੀ ਆ ਰਹੀ ਹੈ ਹੁਣ ਜੇ ਖਜ਼ਾਨਾ ਮਿਲਿਆ ਖਜ਼ਾਨੇ ਤੇ ਕਾਨੂੰਨੀ ਤੌਰ ਤੇ ਹੱਕ ਸਰਕਾਰ ਦਾ ਪੈਸਾ ਲੋਕਾਂ ਨੂੰ ਹੀ ਮਿਲੂ ਪਰ ਗਰੰਟਾਂ ਦੇ ਰੂਪ ਸਰ ਤੁਹਾਨੂੰ ਕੀ ਲੱਗਦਾ ਇੰਨਾ ਸੋਹਣਾ ਇੱਕ ਛੱਪੜ ਚੋਂ ਮਿਲਣਾ ਇਹ ਨੋਰਮਲ ਗੱਲ ਹੈ ਆਖਿਰਕਾਰ ਕਿਵੇਂ ਪਹੁੰਚਿਆ ਇਹ ਸੋਨਾ ਉਸ ਜਗ੍ਹਾ ਤੇ ਤੇ ਕਿਸ ਦਾ ਹੋ ਸਕਦਾ ਇਹ ਸੋਨਾ ਦੇਖੋ ਜੀ ਹੋ ਸਕਦਾ ਕਿ ਸਾਡੇ ਵੱਡੇ ਬਜ਼ੁਰਗਾਂ ਨੇ ਵਡੇਰਿਆਂ ਨੇ ਸਾਡੇ ਵਾਸਤੇ ਮੇਰਾ ਮਤਲਬ ਹੈ ਸਾਡੇ ਇਲਾਕੇ ਦੇ ਲੋਕਾਂ ਵਾਸਤੇ ਦੱਬ ਦਿੱਤਾ ਹੋਵੇ ਵੀ ਵੇਲੇ ਸਿਰ ਕੰਮ ਆਊ ਅਰ ਉਹ ਹੁਣ ਪੈਸਾ ਕੰਮ ਵੀ ਆਊ ਪਰ ਮੈਂ ਇਹ ਵੀ ਕਹਿਣਾ ਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਖਜ਼ਾਨਾ ਮਿਲਿਆ ਕਿ ਨਹੀਂ ਮੈਂ ਸਰਪੰਚ ਸਾਹਿਬ ਨੂੰ ਮਿਲਿਆ ਸੀ ਪੰਚਾਇਤ ਨੇ ਸਾਫ਼ ਇਨਕਾਰ ਕਰਤਾ ਜੀ ਹੈ ਜੀ ਪੰਚਾਇਤ ਨੇ ਸਾਫ਼ ਇਨਕਾਰ ਕਰਤਾ ਜਦੋਂ ਮੈਂ ਸਰਪੰਚ ਸਾਹਿਬ ਕੋਲ ਗਿਆ ਸੀ ਹੁਣ ਜਦੋਂ ਪੰਚਾਇਤ ਨੇ ਕੋਰਾ ਇਨਕਾਰ ਕਰਤਾ ਫਿਰ ਸਾਨੂੰ ਇਸ ਗੱਲ ਨੂੰ ਬਹੁਤਾ ਧੁੱਲ ਨਹੀਂ ਦੇਣਾ ਚਾਹੀਦਾ ਸਮਝੀਏ ਨਾ ਮਤਲਬ ਹਵਾ ਨਹੀਂ ਦੇਣੀ ਚਾਹੀਦੀ ਇਸ ਗੱਲ ਨੂੰ ਵਾਲੀ ਨਾਲੇ ਪੰਚਾਇਤ ਨੇ ਜਦੋਂ ਕੋਰਾ ਜਵਾਬ ਦੇ ਤਾਂ ਪੰਚਾਇਤ 'ਚ ਪਰਮੇਸ਼ਰ ਮੈਂ ਤਾਂ ਆਪਦੇ ਸਾਰੇ ਇਲਾਕੇ ਦੀ ਹਰ ਪੰਚਾਇਤ ਦਾ ਹੁਕਮ ਐਂ ਮੰਨਦਾ ਜੀ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਜੀ ਹਾਂਜੀ ਜਿਵੇਂ ਕਿ ਤੁਸੀਂ ਸੁਣਿਆ ਕਿ ਸਾਡੇ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਹਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਸੋਨਾ ਮਿਲਿਆ ਵੀ ਹੈ ਜਾਂ ਨਹੀਂ ਕੈਮਰਾਮੈਨ ਸੁਨੀਲ ਦੇ ਨਾਲ ਰਵੀ ਸ਼ਰਮਾ ਬੰਦੂਕ ਚੈਨਲ ਬਰਨਾਲਾ ਸੱਤੇ ਮੈਨੂੰ ਨਹੀਂ ਲੱਗਦਾ ਵੀ MLA ਪਿੰਡ 'ਤੇ ਪੈਸਾ ਲੱਗਣ ਦਊ ਤੂੰ ਕੀ ਕਹਿੰਦਾ ਕਹੀ ਤਾਂ ਜਾਂਦਾ ਜਿਵੇਂ ਪਹਿਲਾਂ ਸੇਵਾ ਕਰਦੇ ਰਹੇ ਹਾਂ ਅਤੇ ਪਹਿਲਾਂ ਕੀ ਕਰਤਾ ਇਹਨਾਂ ਨੇ ਜਿਹੜਾ ਹੁਣ ਕਰਨਗੇ ਪਤਾ ਨਹੀਂ ਸਲਾਹ ਕੀ ਕਰੂ ਜਾਂ ਲੋਕਾਂ ਨੂੰ ਲੁੱਟ ਸਕਦੇ ਜਾਂ ਕੁੱਟ ਸਕਦੇ
ट्रेन चलता है, खजाना सरकारी है, खजाना सरकार दे खजाने च जाना चाहिए है। की फायदा है सरकार, खजाना ता सरकार दे खजाने च जाना चाहिए है। की मतलब? मतलब है कि खजाना कराओ चोरी ते भरपूर करो खजाने। तेनू मेरी इज्जत दा पूरा फर्क हैगा, पूरा, जे किसी नूं पता लग गया तां। काले कछिया वाले अज तक फड़े गए है सरकार। ਸੀ ਮੈਂ ਬਾਪੂ ਨਾਲ ਗੱਲ, ਉਹ ਕਹਿੰਦਾ ਨੌਕਰੀ ਵਾਲਾ ਮੁੰਡਾ ਚਾਹੀਦਾ ਕੋਈ, ਨਿੰਦੀ ਵਰਗੇ ਵਿਹਲੜ ਨੂੰ ਤਾਂ ਮੈਂ ਆਪਣੀ ਦਿਲ ਹੀ ਨੇ ਟੱਪਣ ਦੇਵਾਂ। ਕੋਈ ਗੱਲ ਨੀ, ਜੱਟ ਦਾ ਨੌਵੀਂ ਨਿੰਦੀ ਆ, ਮੈਨੂੰ ਆਉਂਦਾ ਫਿਰ ਮਨਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪਿੰਡ ਦੇ ਵਿੱਚ ਕਾਲੇ ਕੱਛੇ ਵਾਲੇ ਆ ਗਏ, ਉੱਠ ਕੇ ਆਪਾਂ ਉਹਨਾਂ ਨੂੰ ਫੜਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲਦਾ ਤੇਰਾ ਪੁੱਤ ਬੇਬੇ। ਤਾਇਆ ਤਾਂ ਹੱਦ ਹੀ ਹੋ ਗਈ, ਕਾਲੇ ਕੱਛਿਆਂ ਵਾਲਿਆਂ ਨੂੰ ਕਿਵੇਂ ਪਤਾ ਲੱਗ ਗਿਆ? ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਬਈ ਸਾਡੇ ਪਿੰਡ ਦੀ ਗੱਲ ਬਾਹਰ ਗਈ ਕਿਵੇਂ। ਮੰਨੋ ਨਾ ਮੰਨੋ ਤਾਇਆ, ਬੰਦਾ ਪਿੰਡ ਦਾ ਪੇਤੀ ਆ। ਆਹ ਤਾਂ ਲੋੜਾ ਹੀ ਮਾਰ ਗਿਆ ਭਾਈ। ਜਿਹੜੀ ਗੱਲ ਦਾ ਡਰ ਸੀ ਬਸ ਉਹੀ ਹੋ ਗਈ। ਜੇ ਪਿੰਡ ਦਾ ਏਕਾ ਹੁੰਦਾ ਫਿਰ ਖੰਘ ਕਿਵੇਂ ਜਾਂਦਾ ਕੋਈ? ਉਹ ਲੈ ਹੁਣ ਕਿਹੜਾ ਖੰਘੇ ਸੀ ਅਗਲੇ, ਉਹ ਨਾਲੇ ਜੇ ਖੰਘੇ ਹੁੰਦੇ ਫੜੇ ਨਾ ਜਾਂਦੇ, ਅਗਲੇ ਤਾਂ ਪਾ ਗਏ ਮੋਸੇ। ਭਾਈ ਸਾਡੇ ਪਿੰਡ ਦੇ ਮੁੰਡੇ ਤਾਂ ਬਾਹਲੇ ਹੀ ਨਿਕੰਮੇ ਆ, ਆ ਹੁਣ ਮੇਰੇ ਕੀ ਚੂਨੂ ਲਾ ਲਓ। ਉਹ ਬਸ ਕਰ ਭਾਈ, ਇਹਨਾਂ ਮੁੰਡਿਆਂ ਨੂੰ ਕੋਸਣ ਨਾਲ ਹੁਣ ਕੀ ਹੋਣਾ, ਹੁਣ ਤਾਂ ਇਹ ਸੋਚੋ ਵੀ ਅੱਗੇ ਕਰਨਾ ਕੀ ਹੈ। ਸੱਤੇ ਹੁਣ ਸਾਨੂੰ ਹੀ ਕੁਛ ਕਰਨਾ ਪਊ, ਇੱਦਾਂ ਹੱਥ ਤੇ ਹੱਥ ਰੱਖ ਕੇ ਨਹੀਂ ਬਹਿ ਸਕਦੇ। ਐਂ ਕਿਤੇ ਸਿਰ ਦੋਸ਼ ਮੜਦੀ ਹੈ ਕਾਟੀ, ਨਾ ਕੋਈ ਸਾਡੇ ਕੋਲ ਸਬੂਤ ਆ, ਨਾ ਕਿਸੇ ਨੇ ਕਿਸੇ ਦੀ ਸ਼ਕਲ ਦੇਖੀ ਹੈ। ਲੈ ਦੇਖੇ ਕਿਉਂ ਨਹੀਂ, ਜਦੋਂ ਕਾਰ 'ਚ ਬੈਠ ਕੇ ਭੱਜਣ ਲੱਗੇ ਸੀ ਨਾ।
ते गल तू सानू हुण दसण लग्या तेरा ना सही रखे कीचू ओ मैनू ओदी शकल ना समार के नहीं दिखी पर मैनू ओदे फोन दी घंटी पूरी याद है चुप कर ओए हुण रिंगटोना ना फड़ू ताया इह काले कच्छे वाले नु जा ओए कीचू ही रहा तू भी मैं क्या जी एक गल करनी सी थोड़े नाल सूफी थोड़ा बड़ा ही ते करती है उस जवाकड़ी ने तो थोड़े कहन तो पहले जवाब देता वी भाई मेरा वड्डा भरा जो भी करूँ वो चंगा ही करूँ मैं खुश हाँ उहदे च मैं समझदा पर खो की कुड़ी नू जमीना पहला घट गई एक उहदे कोल साधन सी ओह भी रोटी तो जी हरेक ही कमाई जांदा टैंपू चलाउण वालिआं दे घरे किते रोटी नहीं पकदी जो कुछ किया होगा सूफी ने सोच समझ के किया होगा जवाकड़ी का दिल ना तोड़ो अज तक मंगया मैं थोड़े तो कुछ सिर्फ एक सूफी की खुशी तो मंगदी हाँ बेबे सत्ता तो हुण टैंपू करने भी गया मनो या ना मैनू नहीं लगता अपनी कुड़ी सुखी रहो उत्थे एक अफसर दा रिश्ता आया राज करूगी राज तेरा दिमाग खराब हो गया अगले ने मुंदी पाई आ एवें कि टुट जूगा रिश्ता जे कल नू अगले पंचायत लैके मेरे घर आ गए तो की मुंह दिखाऊंगी उन्हां नू मैं सुनेहा भेजा तो हैगा सी ना फिर भेजे सी मैं आख्या सी भाई साडी मुंदी मोड़ जो ते अपनी लै जो पर आया कोई सति श्री अकाल भाई जी आना तो मैं पहले ही सी बीबी जी मैनू ये सी चीजा थोड़ी ठीक हो जान फिर जाके आऊंगा कुड़े भाई चाह लैके आओ ना ना बीबी जी चाह नहीं पीनी मैं तो सिर्फ इन्नी कहना आया सी भी मैनू थोड़ा जहा टाइम दो मैं मेहनत ना कुछ कर लूंगा कोई ना भाई तेरे को टाइम ही टाइम आ हजे व्याह ना भी टाइम आ तू फिक्र ना कर पर काका जी असी कुड़ी खूह च नहीं सिटनी जिन्हें कुड़ी तोरनी होंदी आ सौ बारी सोचता सानू मजबूरी च कोई कदम ना चकना पै जाए नहीं नहीं भाई जी मैं हजे नौबत नहीं आने दूंगा मैं बस थोड़ा जहा टाइम चाहिए कोई ना पुत असी तेरे नाल आ तू फिक्र ना कर किसी गल का तू सैट हो जा चल ठीक है बीबी जी मैं चलदा चंगा जांदा रह पुत ਕਿਵੇਂ ਆ ਕੇਜੂ ਲਾਉਣਾ ਪੈਗ ਪੈਗ ਆਇਆ ਉਹ ਜਾਣਦਾ ਮੈਂ ਤੈਨੂੰ ਨਸ਼ਾ ਨਹੀਂ ਪੱਤਾ ਨਹੀਂ ਬਹਿ ਜਾ ਨਹੀਂ ਦੱਸਦਾ ਤਾਈ ਨੂੰ ਲੈ ਚੱਕ ਹਾਂ ਵੀ ਸੱਤੇ ਕੀ ਬਣਿਆ ਉੱਧਰ ਸਭ ਠੀਕ ਆ ਕਟੀ ਪਰ ਛੇਤੀ ਕੁਛ ਕਰਨਾ ਪੈਣਾ ਨਹੀਂ ਤਾਂ ਔਖਾ ਹੋ ਜੂ ਤੂੰ ਫਿਕਰ ਨਾ ਕਰ ਤੂੰ ਪੈਗ ਚੱਕ ਨਹੀਂ ਯਾਰ ਮੈਂ ਸੂਫੀ ਨਾਲ ਵਾਅਦਾ ਕੀਤਾ ਹੁਣ ਨਹੀਂ ਪੀਣੀ ਲੈ ਸੱਚੀ ਛੱਡਤੀ ਵੈਸੇ ਗੱਲ ਕਹਾਂ ਇਹ ਕੰਮ ਤੂੰ ਸਭ ਤੋਂ ਵਧੀਆ ਕੀਤਾ ਨਾਲੇ ਇਹਦੇ 'ਚੋਂ ਕਿਸੇ ਨੇ ਕੀ ਕੱਢਿਆ ਤੂੰ ਚੱਕ ਕੀ ਜੂ ਸੱਤੇ ਬਾਈ ਜੇ ਗੱਲ ਬਾਹਲੀ ਵਿਗੜ ਗਈ ਬੇਬੇ ਨੂੰ ਕਹਿ ਕੇ ਲਵਾਵਾਂ ਪੱਕਾ ਪੈਂਚਰ ਫਿਰ ਕੀ ਜੂ ਤੂੰ ਕਦੇ ਗਿੱਦੜ ਕੁੱਟ ਹੁੰਦੀ ਦੇਖੀ ਆ ਨਾ ਨਾ ਬਸ ਫਿਰ ਚੁੱਪ ਕਰਕੇ ਪੀ ਕਾਟੀ ਆਪਾਂ ਤਾਂ ਪੁਲਿਸ ਕੋਲ ਵੀ ਨਹੀਂ ਜਾ ਸਕਦੇ ਕੀ ਕਰੀਏ ਸਮਝ ਨਹੀਂ ਆਉਂਦਾ ਯਾਰ Thank you.
थोड़ा जा भी शक हैगा? पूरा। अदई यार बोतल चला जा कटी। कंफर्म कर लिए हले बाकी है। कर ला फिर नंबर बोलो तेरा किया नंबर किया 83603 13764 हुन तो 2500 नंबर भी देता लग गया। हां अरे आ गया भाई आ गया आइया हुन तो छोड़ दियो ओए ओए मुझे मार मार ओए आवे ओ छोड़ दे यार भाई अज किड्डा वड्डा मसला हल करता इन्हें यार मसले दो दो हल किते मैं मुलात मेरे से गल दे अज तो बाद पक्के आड़ी आप चको अज की रामलीला के कोस्ट पर सोना तो फार्म हाउस से ही है ये किमें पता लग मैनू सब पता भाई ओए कित तू ही तो नहीं मिले हो नहीं भाई मैं निका हों काम करता रहा वो फार्म हाउस से कदे कदे मैं चाह बना जाता रहा वो कामों बेसमेंट च बड़ा तगड़ा जगाड़ है भाई जिन्ना नशा पत्ता आता है ना सारिया पुड़िया उ बन दया सियाना भी लाजमी उ होगा फिर उ सिक्योरिटी बहुत होगी नहीं नहीं गिने चुने ओदे भरोसे वाले तीन चार बंदे ही हुंदे आ उत्थे पर एक में पता लगू भी सोना दे घरे का फार्म हाउस ते मैं ते किचने सारा दे नाका इस करके लाया सी हां भाई देवीला सुनेरा अपनी स्कूटरी जी भजाई जांदा ते फार्म हाउस वाले हां हां सोना पक्का उत्थे आ ठीक है फिर साडे वाड़े चो निकलदे रात नू तैयार होके आपां उत्थे ही मिलदे हां ठीक आ ठीक आ चलो आ जाओ सत्ते की कहंदा फिर मिस्त्री टाइटैनिक बारे बापू हले होर पैसे लगनगे ता फिर हुन तू की सोचिया पुत मेरे ता हथ हुन खड़े है कोई ना बापू मैं आपे सांभ लूंगा
ਓਏ ਕਿਚੂ ਡਰ ਲੱਗਦਾ? ਹਾਂ। ਫਿਰ ਖਿੱਚੇ ਨੂੰ ਅੰਦਰ ਦੇਖੀ ਕੀ ਜਾਂਦਾ ਇੱਕੋ ਸਾਹ ਚ? ਸਾਲੇ ਉਹ ਪਹਿਲਾਂ ਹੀ ਮੁੱਕ ਮਾਰ ਕੇ ਅੜਕ ਗਏ ਸੀ ਮੈਂ। ਉਹ ਤੈਨੂੰ ਕੀ ਲੋੜ ਸੀ ਸ਼ਕਤੀਮਾਨ ਵਾਂਗੂ ਉੱਡ ਉੱਡ ਕੇ ਆਉਂਦੀ ਹੈ? ਖਸਮੋ, ਬਾਪੂ ਨੇ ਬਾਹਰ ਗੇਟ 'ਤੇ ਜਿੰਦਾ ਲਾਇਆ ਹੁੰਦਾ ਤਾਂ ਕਰਕੇ ਇੱਧਰ ਦੀ ਹੋਣਾ ਪਿਆ। ਐਂ ਕਰੋ, ਫਟਾਫਟ ਤਿਆਰ ਹੋ, ਨਿਕਲੀ, ਚੱਕ ਬੈਗ, ਆ ਜਾਓ। ਘਾਟੀ ਹੋਏ, ਹਾਂ, ਅੱਜ ਨਹੀਂ ਸੁੱਕੇ ਮੁੜਦੇ, ਲੋਥਾਂ ਹੀ ਆਉਣਗੀਆਂ ਪਿੰਡ 'ਚ, ਮੇਲੇ ਕਿਆਲਾ ਮਰਵਾਉ ਸਾਲਾ। ਉਹ ਤੂੰ ਤਾਂ ਚੁੱਪ ਕਰ ਜਾ, ਉਹ ਤਾਂ ਬੋਲਦਾ ਹੀ ਰਹਿੰਦਾ, ਚੱਲ। ਵਾਹਿਗੁਰੂ ਮਿਹਰ ਕਰੀ, ਕੀ ਜੂ ਅੱਜ ਨਹੀਂ ਬਚਦਾ ਤੂੰ। ਓਏ, ਤਿਆਰ ਨਹੀਂ ਹੋਣਾ ਤੂੰ? ਉਹ ਤਾਂ ਮਾਸਟਰ ਮਾਈਂਡ ਬਣਿਆ ਖੜਾ ਸੀ ਉੱਥੇ। ਕਿਵੇਂ ਲੱਗਦਾ ਫਿਰ ਪੂਰਾ ਡਾਨ ਮੈਂ? ਕਰਾ ਲਓ ਚੋਰੀ ਇਹਨਾਂ ਤੋਂ। ਸਾਲਾ ਤੇਰੇ ਪਾਪੇ ਦੀ ਜਾਨ ਨਹੀਂ ਚੱਲੇ, ਚੋਰੀ ਕਰਨ ਚੱਲਿਆ ਕਾਲੇ ਕੱਪੜੇ ਪਾ। ਫਿਰ ਇਹੀ ਗੱਲ ਆਰਾਮ ਨਾਲ ਵੀ ਕਹਿ ਸਕਦਾ ਹੈ। ਚੱਕੋ, ਚੱਲ ਜਾ। ਇਹ ਕੀ ਆ? ਸੁਰੱਖਿਆ ਕਵਚ। ਜੇ ਕੋਈ ਆਪਾਂ ਨੂੰ ਦੇਖ ਲੇ ਤੇ ਰੌਲਾ ਪਾ ਦੇ ਚੋਰ ਚੋਰ ਚੋਰ, ਬੜਾਂਗਾ ਬਹੁਤ ਫਿਰੂ ਕਿ ਨਹੀਂ? ਮਰੋ ਮੇਰੇ ਸਾਲਿਓ, ਕਾਲੇ ਕੱਛੇ ਵਾਲੇ ਤਾਂ ਸੁਣੇ ਸੀ, ਸਾਲੇ ਕਾਲੀਆਂ ਟੋਪੀਆਂ ਵਾਲੇ ਵੀ ਆਉਣ ਲੱਗ ਗਏ। ਰੁਕ 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 ਰੁਕ, ਉਹ ਹੁਣ ਕੀ ਹੋ ਗਿਆ? ਰੁਕ, ਸਾਲਿਓ ਜਿਹੜੇ ਹਿਸਾਬ ਨਾਲ ਡਾਟ ਪਾਉਂਦੇ ਤਾਂ ਸਾਰਾ ਪਿੰਡ ਜਗਾ ਦੂਗਾ। ਜਿਹੜੇ ਹਿਸਾਬ ਨਾਲ ਰੌਲਾ ਪਾਉਂਦਾ ਨਾ, ਜਿਉਂਦੇ ਨੀ ਮੁੜਦੇ। ਕਿਉਂ ਆਵਤਾ ਬੋਲੀ ਜਾਂਦੇ ਹੋ ਹੈਂ? ਸੱਸੂ ਦੀ ਬੈਠੀ ਹੁੰਦੀ ਜੀਬ ਤੇ, ਪਹਿਲਾਂ ਇਹਦੀ ਲੁੱਤਰੋਂ ਨੇ ਪੂਰੇ ਕਟਾਤੇ, ਹੁਣ ਤੇਰੀ ਲੁੱਤਰੋਂ ਨਹੀਂ ਬੰਦ ਹੁੰਦੀ। ਚੱਲ ਬੈਠ ਸਾਈਡ ਤੇ, ਲੈ ਇਹਨੂੰ ਮੈਂ ਨਹੀਂ ਆਦਾ ਦਿੱਤੇ, ਤੁਰ ਕੇ ਜਾਵਾਂਗੇ, ਆਹ ਤਾਂ ਹੈਗਾ ਨਾਲ। ਆ ਲੈ ਲਾ ਦੀ ਨਾ, ਤੂੰ ਮੁੱਛਾਂ ਦੀ ਨਮਾਇਸ਼ ਬੰਦ ਕਰ ਓਏ। ਚਲੋ ਚਲੋ ਆ ਜਾਓ, ਇਹ ਮਰਵਾਉਣਗੇ ਅੱਜ। ਮੈਨੂੰ ਕੀ ਦੇਖਦਾ, ਮੈਨੂੰ ਕੀ ਪਤਾ ਸੀ ਵੀ ਇੰਨੇ ਬੰਦੇ ਹੋਣਗੇ, ਅੱਜ ਨਹੀਂ ਸੁੱਕੇ ਜਾਂਦੇ। ਹਾਂ ਦੇਖ ਲਾ ਲੈ ਕੋਈ।
ਸਸਮਤ ਨਹੀਂ ਬੈਠੀ ਤੇਰੀ ਜੀਵ ਤੇ ਖਸਮਾ ਤੇ ਤਾਂ ਜੀਵ ਹੀ ਕਾਲੀ ਆ ਹੁਣ ਕਰਾਉਣਗੇ ਮਾਸੜ ਕਿਸੀਆਂ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਉਹ ਨਹੀਂ ਬਚਦੇ ਹੁਣ ਤਾਂ ਲੋਥਾਂ ਹੀ ਜਾਣਗੀਆਂ ਸਾਡੀਆਂ ਓਏ ਤਾਂ ਕੁਛ ਵੀ ਨਹੀਂ ਹੌਲੀ ਬੋਲੋ ਜਿਨ੍ਹਾਂ ਨੇ ਫੜ ਲੈਣਾ ਆਪਣੀਆਂ ਧੌਣਾ ਲਾ ਦੇਣਗੇ ਤੂੰ ਤੂੰ ਸਾਡੀ ਧੌਣਾ ਲਾਉਣ ਤੇ ਲੱਗਾ ਪਹਿਲਾਂ ਤੇਰੇ ਬੁੜੇ ਮੂਰਤ ਕਰਤਾ ਮੈਨੂੰ ਨਾਲ ਲੈ ਚੱਲ ਉਹ ਡੰਬੇ ਫਿਰ ਇੱਧਰ ਦੇਖ
ਇਹ ਗੱਲ ਬਾਹਰ ਨਹੀਂ ਜਾਣੀ ਚਾਹੀਦੀ, ਬਾਹਰ ਨਹੀਂ ਜਾਣੀ ਚਾਹੀਦੀ ਇਹ ਗੱਲ। ਨਾਲੇ ਉਹਨਾਂ ਨੂੰ ਸਮਝਾ ਦੀ, ਮੈਥੋਂ ਖਤਰਨਾਕ ਕੋਈ ਨਹੀਂ। ਕੀ? ਮੈਥੋਂ ਖਤਰਨਾਕ ਕੋਈ ਨਹੀਂ, ਸਮਝ ਗਿਆ? ਜੀ ਜੀ ਸਰ। ਚਲੋ ਚਲੋ ਜੀ ਜੀ। ਤੈਨੂੰ ਕੀ ਲੱਗਦਾ ਤੇਰਾ ਵੀ ਪਿਆਰ ਨਹੀਂ ਕਰਦਾ ਤੈਨੂੰ? ਮਸਾਂ ਤਾਂ ਤੈਨੂੰ ਸੁੱਖਾ ਸੁੱਖ ਸੁੱਖ ਕੇ ਲਿਆ ਸੀ, ਤੂੰ ਆਪਣੀ ਜਗ੍ਹਾ ਠੀਕ ਸੀ ਪੁੱਤ। ਕੋਈ ਨਹੀਂ, ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ, ਆਓ ਵੀ ਆਓ। ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ ਸਰਪੰਚ ਤਾਇਆ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਪੁੱਤਰਾ, ਕਿਵੇਂ ਆਏ? ਤਾਇਆ, ਸਾਡੇ ਪੁਰਖਿਆਂ ਨੇ ਮੁੜ ਕੇ ਦੀ ਸਿਆਹੀ ਨੇ ਕਿਸਮਤ ਲਿਖਣੀ ਸਿਖਾਈ ਹੈ ਸਾਨੂੰ। ਚੋਰੀ ਕਰਨ ਦਾ ਇਰਾਦਾ ਨਹੀਂ ਸੀ, ਪਰ ਇਹ ਸਮਾਨ ਸਾਡੇ ਪਿੰਡ ਦਾ, ਸਾਡੇ ਲੋਕਾਂ ਦਾ ਹੈ। ਪੁੱਤਰਾ, ਇਹ ਤੁਹਾਡੀ ਕੋਈ ਗਲਤੀ ਨਹੀਂ। ਵੈਸੇ ਵੀ ਚੋਰ ਦੇ ਘਰ ਚੋਰੀ ਕਰਨਾ ਕੋਈ ਪਾਪ ਨਹੀਂ ਹੁੰਦਾ। ਤੁਸੀਂ ਤਾਂ ਸਗੋਂ ਇਹ ਸਾਬਤ ਕਰਤਾ ਕਿ ਤੁਸੀਂ ਪਿੰਡ ਦੀ ਜ਼ਿੰਮੇਵਾਰੀ ਚੱਕ ਸਕਦੇ ਹੋ। ਤਾਇਆ ਤੂੰ ਫਿਕਰ ਨਾ ਕਰ, ਆਪਾਂ ਮਿਲ ਕੇ ਪਿੰਡ ਦਾ ਨਕਸ਼ਾ ਹੀ ਬਦਲ ਲਿਆਂਗੇ। ਪੁੱਤਰਾ, ਜੇ ਹਰ ਪਿੰਡ ਦਾ ਨੌਜਵਾਨ ਤੁਹਾਡੇ ਵਾਂਗੂ ਪਿੰਡ ਦੀ ਜ਼ਿੰਮੇਵਾਰੀ ਚੱਕ ਲਏ ਤਾਂ ਫਿਰ ਕੀ ਮਜਾਲ ਹੈ ਕਿਸੇ ਲੀਡਰ ਦੀ, ਕਿਸੇ ਕਾਲੇ ਕੱਛਾਣੇ ਦੀ, ਕਿਸੇ ਚੋਰ ਦੀ, ਕਿ ਪਿੰਡ ਨੂੰ ਲੁੱਟ ਸਕੇ ਉਹ? ਤਾਇਆ, ਫਿਰ ਲਾਉਣਾ ਸ਼ੁਰੂ ਕਰੀਏ ਪਿੰਡ ਨੂੰ ਪੱਕਾ ਪੈਂਚ। ਤਾਇਆ, ਅਸੀਂ ਨਾ ਸੋਨਾ ਪਿੰਡ ਦੇ ਛੱਪ ਛੇਰਾ। ਬਸ ਸੋਨਾ ਜਿੱਥੇ ਹੈ ਆਪਦੇ ਕੋਲ ਹੀ ਰੱਖੋ। ਹੁਣ ਲੋਕਾਂ ਨੂੰ ਦੱਸ ਕੇ ਗਲਤੀ ਨਹੀਂ ਕਰਨੀ, ਜਿਵੇਂ ਜਿਵੇਂ ਲੋੜ ਹੋਈ ਵੇਚ ਵੱਟ ਕੇ ਆਪ ਹੀ ਦੇਈ ਜਾਇਓ, ਅਤੇ ਮੈਂ ਲੋਕਾਂ ਨੂੰ ਗ੍ਰਾਂਟ ਕਹਿ ਕੇ ਲਾਉਂਦਾ ਰਹੂੰਗਾ। ਇੱਕ ਗੱਲ ਦਾ ਖਾਸ ਖਿਆਲ ਰੱਖਣਾ ਭਾਵੇਂ, ਇਹ ਗੱਲ ਹੁਣ ਇਸ ਕਮਰੇ 'ਚੋਂ ਬਾਹਰ ਨਹੀਂ ਨਿਕਲਣੀ ਚਾਹੀਦੀ। ਠੀਕ ਹੈ ਤਾਂ, ਤੁਸੀਂ ਪਿੰਡ ਦਾ ਕੰਮ ਸ਼ੁਰੂ ਕਰਵਾਓ, ਮੈਂ ਆਪਦੇ ਵਿਆਹ ਦੀ ਤਿਆਰੀ ਵੀ ਕਰਨੀ ਹੈ। ਛੇਰਾ, ਤੇਰੇ ਵਿਆਹ ਦੀ ਤਿਆਰੀ ਤਾਂ ਹੁਣ ਸਾਰਾ ਪਿੰਡ ਗੱਜ ਵੱਜ ਕੇ ਕਰੂਗਾ, ਫਿਕਰ ਨਾ ਕਰ ਹੁਣ ਤੂੰ। ਠੀਕ ਹੈ? ਠੀਕ ਹੈ ਜੀ। ਚੰਗਾ ਚੰਗਾ ਤਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆ ਗਏ ਤੁਸੀਂ? ਆ ਗਏ ਜੀ ਤੁਸੀਂ? ਹਾਏ ਰੱਬਾ, ਫੀਲਿੰਗ ਆ। ਆ ਕੀ ਕੀਤਾ ਤੁਸੀਂ? ਕੀ ਆ? ਕੌਣ ਦਾ? ਹੋਰ ਕੀ ਕਮਲੀ, ਇਹਦੇ ਪਿੱਛੇ ਤਾਂ ਸਾਰੇ ਪੰਗੇ ਪਏ। ਮਤਲਬ ਟਾਈਟੈਨਿਕ ਡੁੱਬ, ਖਜ਼ਾਨੇ ਲੁੱਟ, ਗਿੱਦੜ ਕੁੱਟ, ਬਸ ਹੋਰ ਨਾ ਪੁੱਛੇ। ਸਰਪੰਚ ਖੁਸ਼ ਸੀ ਕਿ ਪਿੰਡ ਦੇ ਟੋਭੇ 'ਚੋਂ ਲੱਭਿਆ ਖਜ਼ਾਨਾ ਵਾਪਸ ਪਿੰਡ ਵਿੱਚ ਪਹੁੰਚ ਗਿਆ। ਹੁਣ ਪਿੰਡ ਦੇ ਵਿਕਾਸ ਲਈ ਕਿਸੇ ਸਰਕਾਰ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਕਾਟੀ ਵੀ ਖੁਸ਼ ਸੀ ਕਿ ਉਹਦੀ ਕਾਟ ਉਹਦੇ ਨਾਲ ਸੀ। ਰਹੀ ਗੱਲ ਸੱਤੇ ਦੀ, ਉਹਦੇ ਤੋਂ ਵੱਧ ਖੁਸ਼ ਕੌਣ ਹੋ ਸਕਦਾ ਸੀ? ਉਹਦਾ ਵਿਆਹ ਜੋ ਸਿਰੇ ਚੜ੍ਹ ਗਿਆ ਸੀ। ਸੱਤਾ ਨੇਵੀ ਦੇ ਜਹਾਜ਼ 'ਚ ਭਾਵੇਂ ਨਾ ਚੜ੍ਹ ਸਕਿਆ, ਪਰ ਵਿਆਹ ਵਾਲੀ ਡੋਲੀ ਦੀ ਕਾਰ 'ਚ ਜ਼ਰੂਰ ਚੜ੍ਹ ਗਿਆ। ਸੁਪਨੇ ਵੱਡੇ ਰੱਖੋ, ਘੱਟੋ ਘੱਟ ਛੋਟੇ ਤਾਂ ਪੂਰੇ ਹੋਣਗੇ।